ਦੇਖੋ ਇਤਿਹਾਸ ਨੂੰ ਨਹੀਂ ਵਿਗਾੜਿਆ ਜਾ ਰਿਹਾ, ਸਿੱਖ ਧਰਮ ਨੂੰ ਮੁੱਢੋਂ ਖਤਮ ਕੀਤਾ ਜਾ ਰਿਹਾ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗ੍ਰਹਿ ਨੂੰ ਰੱਦ ਕਰਕੇ ਤੇ ਦੇਹਧਾਰੀ ਗੁਰੂ ਡੰਬ ਚੱਲ ਰਿਹਾ ਔਰ ਉਹਨੂੰ ਪ੍ਰਮੋਟ ਕੌਣ ਕਰ ਰਿਹਾ, ਉਹਨੂੰ ਮਾਨਤਾ ਕੌਣ ਦੇ ਰਿਹਾ? ਉਹ ਦੇ ਰਿਹਾ ਪ੍ਰਕਾਸ਼ ਸਿੰਘ ਬਾਦਲ। ਹੁਣ ਸਵਾਲ ਇਹ ਹੈ ਕਿ ਜਿਸ ਗੁਰੂ ਨੇ ਜ਼ੁਲਮ ਦੇ ਖਿਲਾਫ ਸਰਬੰਧ ਸਵਾਰਤਾ, ਮਾਤਾ ਪਿਤਾ ਸਾਹਿਬਜ਼ਾਦੇ ਛੋਟੇ ਵੱਡੇ ਜੰਗ ਦੇ ਮੈਦਾਨ 'ਚ ਛੋਟੇ ਨੀਹਾਂ 'ਚ ਚਨਵਾਤੇ, ਮਾਤਾ ਵੀ ਸ਼ਹੀਦ, ਜਾਨ ਤੋਂ ਪਿਆਰੇ ਸਿੰਘ ਵੀ ਸ਼ਹੀਦ ਕਰਾਤੇ, ਉਹ ਗੁਰੂ ਲੁਕ ਕੇ ਤੇ ਨਾਂ ਬਦਲ ਕੇ ਇਸ ਸੰਸਾਰ ਤੇ ਕਿੰਨਾ ਚਿਰ ਵਿਚਰੇ? ਕੂਕਿਆਂ ਦੇ ਹਿਸਾਬ ਨਾਲ 104 ਸਾਲ। ਜਿਨ੍ਹਾਂ ਨੇ ਨੰਦਾ ਦੀ ਪੁਰੀ ਵੀ ਛੱਡੀ ਤੇ ਡੰਕੇ ਦੀ ਚੋਟ ਤੇ ਛੱਡੀ ਸੀ, ਉਹ ਲੁਕ ਕੇ ਕਿੱਦਾਂ ਜੀ ਸਕਦੇ ਆ? ਇਹ ਵੇਖ ਲਓ ਫਿਰ, ਹੁਣ ਕਿਤਾਬਾਂ ਲਿਖੀਆਂ ਨੇ, ਦੇਹਧਾਰੀ ਡੰਮੀ ਗੁਰੂ ਬੜੇ ਫਿਰਦੇ ਨੇ, ਆ ਗੁਰਮੀਤ ਰਾਮ ਰੀਮ ਤੁਰਿਆ ਫਿਰਦਾ, ਇਸੇ ਤਰ੍ਹਾਂ ਆ ਰਾਧਾ ਸਵਾਮੀਆਂ ਤੁਰੇ ਫਿਰਦੇ ਨੇ, ਗੁਰਿੰਦਰ ਢਿੱਲੋਂ ਵਰਗੇ, ਜਾਂ ਹੋਰ ਕੋਈ ਨਰਕਧਾਰੀ ਹੈ ਜਿਨ੍ਹਾਂ ਦੇ ਨਾਲ ਟੱਕਰ ਵੀ ਹੋਈ ਖਾਲਸਾ ਪੰਥ ਦੀ, ਜਾਂ ਹੋਰ ਵੀ ਪਿਆਰੇ ਭਨਿਆਰੇ ਵਰਗੇ ਬੜੇ ਨੇ ਜਿਹੜੇ ਬਾਦਲਾਂ ਦੇ ਗੁਰੂ। ਹੁਣ ਇਸ ਗੁੜਕੇ ਦੇ ਵਿੱਚ ਆਹ ਜਿਹੜਾ ਗੁੜਕਾ, ਇਸ ਗੁੜਕੇ ਦੇ 800 ਪੰਨਿਆਂ ਦਾ ਗੁੜਕਾ ਤੇ 100 ਪੰਨਿਆਂ ਦੀ ਭੂਮਿਕਾ ਹੈ। ਭੂਮਿਕਾ 'ਚ ਗੁਰਬਾਣੀ ਦੀਆਂ ਤੁਕਾਂ ਨੇ, ਗੁਰਬਾਣੀ ਦੀਆਂ ਤੁਕਾਂ ਦੇ ਅਰਥ ਆਪਣੇ ਹਿਸਾਬ ਨਾਲ ਕਰਕੇ ਕਹਿੰਦੇ ਆ ਕਿ ਗੁਰਬਾਣੀ ਕਹਿੰਦੀ ਆ ਕਿ ਦੇਹਧਾਰੀ ਗੁਰੂ ਦੀ ਲੋੜ ਹੈ। ਕੋਈ ਪੈਸੇ ਲੈ ਕੇ ਤੇ ਮੁੱਕਰ ਗਿਆ ਤੇ ਉਹਨਾਂ ਦੇ ਵੀ ਤੂੰ ਇਹ ਮੁੱਕਰਿਆ ਕਹਿੰਦੇ ਆ, ਉਹਦਾ ਗੁਰਬਾਣੀ ਕਹਿੰਦੀ ਆ, ਕਿਸੇ ਕਹਿੰਦੀ ਆ ਕਿਤੇ ਲੈ ਲੈ ਮੁੱਕਰ ਪਾਏ, ਆਉਂਦਾ ਅਗਲੀ ਗੱਲ, ਆਉਂਦਾ ਅਗਲੀ ਦੀ ਮੈਨੂੰ ਲੋੜ ਨਹੀਂ, ਮੈਨੂੰ ਤੇ ਉਹੀ ਠੀਕ ਹੈ। ਇਹ ਸਾਰਾ ਕੁਝ ਹੋ ਗਿਆ, ਇਹ SGPC ਨੇ ਵੀ ਮੰਨ ਲਿਆ ਕਿ ਕਾਰਵਾਈ ਹੋਣੀ ਚਾਹੀਦੀ ਹੈ, ਅਕਾਲ ਤਖਤ ਹੁਕਮ ਤੱਕ ਆ ਗਏ, ਤੇ ਫਿਰ ਠੰਡੇ ਬਸਤੇ 'ਚ ਕਾਹਨੂੰ ਪਾ? ਸ਼ਰਮ ਆਉਂਦੀ ਸਾਨੂੰ ਇਹ ਗੱਲ ਕਰਦਿਆਂ ਨੂੰ, ਜਦੋਂ ਲੋਕਾਂ ਦੇ ਵਿੱਚ ਇਹ ਗੱਲ ਕਰਦੇ ਹਾਂ, ਪਰ ਜੇ ਲੋਕਾਂ ਨੂੰ ਸੱਚ ਨਾ ਦੱਸਿਆ ਜੂ ਤਾਂ ਲੋਕ ਕਿਵੇਂ ਸਮਝਣਗੇ ਵੀ ਅੱਜ ਉੱਥੇ ਕਬਜ਼ਾ ਕੀਦਾ? ਜੇ ਅਕਾਲ ਤਖਤ ਸੁਪਰੀਮ ਹੈ, ਮੰਨਦੇ ਨੇ, ਤੇ ਫਿਰ ਜਦੋਂ ਅਕਾਲ ਤਖਤ ਜਥੇਦਾਰ ਨੇ ਆਦੇਸ਼ ਇਹਨਾਂ ਨੂੰ ਜਾਰੀ ਕਰਤਾ ਕਿ ਨਾਮਧਾਰੀ ਕੂਕਾਂ ਦੇ ਖਿਲਾਫ਼ ਕਾਰਵਾਈ ਕਰੋ, ਫਿਰ ਇਹਨਾਂ ਸਬ ਕਮੇਟੀ ਕਿਉਂ ਬਣਾਈ? ਮੈਂ ਜਥੇਦਾਰ ਕੋਲ ਗਿਆ ਵੀ ਤੁਹਾਡਾ ਜਿਹੜਾ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਸੀ ਤੇ ਉਹਨਾਂ ਨੇ ਮੰਨਿਆ ਨਹੀਂ ਤੇ ਉਹਨਾਂ ਕੂਕਿਆਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ, ਪੈ ਗਿਆ 5 ਪੱਥਰ ਲੈ ਕੇ, ਮੈਂ ਕੀ ਕਰਾਂ? ਤੁਸੀਂ ਜਾਣੋ, ਤੁਹਾਡੀ ਸ਼੍ਰੋਮਣੀ ਕਮੇਟੀ ਜਾਵੇ। ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਨੂੰ ਜਦੋਂ ਜਥੇਦਾਰ ਸੀ ਜੀ। ਫਿਰ ਮੈਂ ਪ੍ਰਧਾਨ ਕੋਲ ਗਿਆ, ਪ੍ਰਧਾਨ ਨੇ ਬਾਹਾਂ ਖੜੀਆਂ ਕੀਤੀਆਂ, ਆਖਿਆ ਨਹੀਂ, ਕਹਿੰਦਾ ਸਰਸਾ ਜੀ ਮੇਰੀਆਂ ਬਾਹਾਂ ਖੜੀਆਂ। ਇਹ ਲੌਂਗੋਵਾਲ ਸਾਹਿਬ ਨੇ ਕੀਤਾ ਜੀ? ਲੌਂਗੋਵਾਲ ਨੇ ਕੀਤਾ। ਇੱਥੇ ਖੜ ਕੇ ਫਿਰ ਜਦੋਂ ਆਪਾਂ ਇਹ ਬਿਆਨ ਦਿੰਦੇ ਹਾਂ ਕਿ ਪੁਲਿਸ ਨੇ ਤਾਂ ਵੀ ਕਾਰਵਾਈ ਨਹੀਂ ਕੀਤੀ ਜੇ ਅਕਾਲ ਤਖਤ ਸਾਹਿਬ ਦਾ ਹੁਕਮ ਸਾਹਮਣੇ ਆਇਆ ਸੀ, SGPC ਨੇ ਗਾਂਹ ਨੋਟਿਸ ਵੀ ਪਾਇਆ ਸੀ, ਤਾਂ ਵੀ ਕਾਰਵਾਈ ਨਹੀਂ ਹੋਈ, ਤਾਂ ਫਿਰ ਕਿੱਥੇ ਖੜਦੀ ਹੈ ਪੰਥਕ ਜਮਾਤ? ਹੁਣ ਸਤਿਗੁਰੂ ਸ਼ਬਦ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਅਸੀਂ ਕਿਸੇ ਨੂੰ ਸਤਿਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕਰ ਸਕਦੇ, ਪਰ ਉਹਨੇ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਕੇ ਤੇ ਇਹਦਾ ਮਤਲਬ ਦੇਹਧਾਰੀ ਗੁਰੂ ਨੂੰ ਮਾਨਤਾ ਦੇ ਦਿੱਤੀ। ਕੌਣ ਸੀ? ਪੰਜਾਬ ਦਾ ਮੁੱਖ ਮੰਤਰੀ। ਮੁੱਖ ਮੰਤਰੀ ਕੌਣ ਹੈ? ਅਕਾਲੀ ਦਲ ਦਾ ਪ੍ਰਧਾਨ ਹੈ। ਜਿਹੜੇ ਸ਼੍ਰੋਮਣੀ ਕਮੇਟੀ ਦੇ ਅੱਜ ਪ੍ਰਬੰਧ ਚਲਾ ਰਹੇ, ਇਹਨਾਂ ਨੇ ਫਿਰ ਉਹਨੂੰ ਜਿਹੜਾ ਸੀ ਉਹਨਾਂ ਕੂਕਿਆਂ ਨੂੰ ਕੁਝ ਸਾਲ ਪਹਿਲਾਂ ਉੱਥੇ ਕੈਂਪ ਲਾਉਣ ਵਾਸਤੇ ਜਗ੍ਹਾ ਦਿੱਤੀ, ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਸਾਹਮਣੇ ਜਿੱਥੇ ਪੁਰਾਣਾ ਜੋੜਾ ਘਰ ਹੈ, ਉੱਥੇ ਉਹਨਾਂ ਨੇ ਆਪਣਾ ਲਿਟਰੇਚਰ ਵੰਡਿਆ ਤੇ ਆਹ ਜਿਹੜੇ ਮੈਂ ਤੁਹਾਨੂੰ ਗੁਟਕੇ ਵਿਖਾਏ ਨੇ, ਇਹ ਗੁਟਕੇ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਵੰਡੇ, ਉੱਥੇ ਵੰਡੇ, ਵੀਡੀਓ ਬਣਾਈਆਂ। ਮੈਂ ਕਿਹਾ ਸਾਰੋ ਸਾਹਿਬ ਉਹਨਾਂ ਨੇ ਆਹ ਕੁਛ ਕੀਤਾ ਤੇ ਜੇ ਕੱਲ੍ਹ ਨੂੰ ਕੋਰਟ 'ਚੋਂ ਕੇਸ ਕਰ ਦੇਣ ਵੀ ਇਹ ਤਾਂ ਅਕਾਲ ਤਖਤ ਗੁਰਦੁਆਰੇ ਜਿੰਨੇ ਨੇ ਸਾਰੇ ਸਾਡੇ ਨੇ, ਤੇ ਸ਼੍ਰੋਮਣੀ ਕਮੇਟੀ ਕਹੇਗੀ ਕਿ ਨਹੀਂ ਜੀ ਸਾਡੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਉਹ ਜਵਾਬ ਦੇਣਗੇ ਵੀ ਤੁਸੀਂ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਤੇ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀਂ ਗੁਰਤਾਗਦੀ ਦਿੱਤੀ ਆ।
ਆ ਜਾਓ ਹੁਣ ਆਪਾਂ ਸ਼੍ਰੋਮਣੀ ਕਮੇਟੀ ਵਾਲੇ ਤੁਹਾਡੇ ਨਾਲ ਗੱਲ ਕਰਦੇ ਹਾਂ। ਜਦੋਂ ਤੁਸੀਂ ਸਾਨੂੰ ਜਗ੍ਹਾ ਦਿੱਤੀ ਉੱਥੇ, ਅਸੀਂ ਆਪਣਾ ਕੈਂਪ ਲਾਇਆ, ਅਸੀਂ ਉੱਥੇ ਲਿਟਰੇਚਰ ਵੰਡਿਆ, ਆਹ ਗੁਰਬਾਣੀ ਦੇ ਗੁਟਕੇ ਜਿਹੜੇ ਨੇ ਇਹ ਅਸੀਂ ਉੱਥੇ ਫ੍ਰੀ ਵੰਡੇ ਆ, ਆਹ ਵੀਡੀਓ ਨੇ, ਜੇ ਅਸੀਂ ਗਲਤ ਹਾਂ ਤਾਂ ਤੁਸੀਂ ਸਾਨੂੰ ਦਰਬਾਰ ਸਾਹਿਬ 'ਚ ਜਗ੍ਹਾ ਕਿਉਂ ਦਿੱਤੀ? ਅਤੇ ਮੈਂ ਸਰੋਂ ਸਾਹਿਬ ਫਿਰ ਇਹ ਦੱਸੋ ਵੀ ਮੁਕਾ ਕੇਸ ਕਿਹਦੇ ਹੱਕ 'ਚ ਹੋ? ਉਹ ਆਉਂਦੇ ਜਿੱਥੇ ਕੋਈ ਸਬੂਤ ਹੀ ਨਹੀਂ ਸੀ ਉੱਥੇ ਮਸੀਦ ਢਹਿ ਕੇ ਮੰਦਿਰ ਬਣ ਜਾਂਦਾ, ਅਤੇ ਇੱਥੇ ਦੇ ਇੰਨੇ ਸਬੂਤ ਨੇ, ਅਤੇ ਫੈਸਲਾ ਫਿਰ ਉਹਨਾਂ ਦੇ ਹੱਕ 'ਚ ਹੋਣਾ ਜਿੰਨੇ ਸਬੂਤ ਦੇਣਗੇ। ਅਤੇ ਜਿਹੜੇ ਪੰਥਕ ਦੋਖੀ, ਜਿਹੜੇ ਪੰਥ ਦਾ ਬੁਰਕਾ ਪਾ ਕੇ, ਖਾਸ ਕਰਕੇ ਬਾਦਲ ਚੰਡਾਲ ਚੌਂਕੜੀ, ਇਹਨਾਂ ਤੋਂ ਬਚੋ। ਗੁਰਬਾਣੀ ਹੋਵੇ ਜਾਂ ਗੁਰ ਇਤਿਹਾਸ ਹੋਵੇ, ਇਹ ਸਿੱਖਾਂ ਦੇ ਵਾਸਤੇ ਖਾਸ ਕਰਕੇ ਬਹੁਤ ਮਹੱਤਵਪੂਰਨ ਨੇ, ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ। ਪਰ ਇਹਨਾਂ ਦੇ ਨਾਲ ਹੋ ਕੀ ਰਿਹਾ ਆ, ਹੁਣ ਤੱਕ ਕੀ ਹੁੰਦਾ ਆਇਆ ਆ, ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ। ਸਿੱਖ ਇਤਿਹਾਸ ਜੋ ਤੁਸੀਂ ਪੜ੍ਹ ਰਹੇ ਹੋ, ਜੋ ਤੁਹਾਡੇ ਹੱਥ ਦੇ ਵਿੱਚ ਕਿਤਾਬ ਹੈ ਜਾਂ ਗੁਟਕਾ ਸਾਹਿਬ ਹੈ ਜਾਂ ਇਤਿਹਾਸ ਦੀ ਕਾਪੀ ਹੈ, ਉਹਦੇ ਪੰਨਿਆਂ ਦੇ ਵਿੱਚ ਜੋ ਲਿਖਿਆ ਆ ਉਹ ਸੱਤ ਹੈ ਜਾਂ ਨਹੀਂ, ਉਸ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੀਆਂ ਧਾਂਦਲੀਆਂ ਹੋਈਆਂ ਨੇ, ਬਹੁਤ ਕੁਝ ਹੋਇਆ ਆ, ਖਾਸ ਕਰਕੇ ਗੁਰ ਇਤਿਹਾਸ ਨੂੰ ਲੈ ਕੇ ਬਹੁਤ ਕੁਝ ਛਾਪਿਆ ਗਿਆ ਜੋ ਕਿ ਸਰਾਸਰ ਗਲਤ ਹੈ, ਔਰ ਉਸ ਬਾਰੇ ਜਾਣਨਾ ਬਹੁਤ ਜ਼ਰੂਰੀ ਆ। ਅਤੇ ਉਸੇ ਨੂੰ ਲੈ ਕੇ ਇੱਕ ਵੱਖਰੀ ਸੰਪਰਦਾ ਨੂੰ ਲੈ ਕੇ ਕਿ ਉਸ ਨੇ ਗੁਰਬਾਣੀ ਦਾ ਕੀ ਹਾਲ ਕਰਤਾ, ਗੁਰੂ ਇਤਿਹਾਸ ਦਾ ਕੀ ਹਾਲ ਕਰ ਦਿੱਤਾ ਆ, ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬਲਦੇਵ ਸਿੰਘ ਸਿਰਸਾ ਮੌਜੂਦ ਨੇ, ਔਰ ਉਹਨਾਂ ਦੇ ਕੋਲ ਕੁਝ ਇਹੋ ਜਿਹੇ ਸਬੂਤ ਨੇ ਜਿਹੜੇ ਸ਼ਾਇਦ ਤੁਹਾਡੇ ਰੋਂਗਟੇ ਖੜ੍ਹੇ ਕਰ ਦੇਣਗੇ। ਸਿਰਸਾ ਸਾਹਿਬ, ਜੇ ਮੈਂ ਗਲਤ ਨਹੀਂ ਕਹਿ ਰਿਹਾ ਤਾਂ ਗੱਲ ਇਹੀ ਹੈ ਕਿ ਗੁਰ ਇਤਿਹਾਸ ਨੂੰ ਖਰਾਬ ਕਰਨ ਦੀ, ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕਿਹੜੀ ਸੰਪਰਦਾ ਆ, ਔਰ ਤੁਹਾਡਾ ਉਹਦੇ ਨਾਲ ਟਾਕਰਾ ਕਿੱਦਾਂ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਤਿਹਾਸ ਨੂੰ ਨਹੀਂ ਵਿਗਾੜਿਆ ਜਾ ਰਿਹਾ, ਸਿੱਖ ਧਰਮ ਨੂੰ ਮੁੱਢੋਂ ਖਤਮ ਕੀਤਾ ਜਾ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਖਤਮ ਕੀਤਾ ਜਾ ਰਿਹਾ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਅਤੇ ਦੇਹਧਾਰੀ ਗੁਰੂ ਡੰਬ ਚੱਲ ਰਿਹਾ, ਔਰ ਉਹਨੂੰ ਪ੍ਰਮੋਟ ਕੌਣ ਕਰ ਰਿਹਾ, ਉਹਨੂੰ ਮਾਨਤਾ ਕੌਣ ਦੇ ਰਿਹਾ? ਉਹ ਦੇ ਰਿਹਾ ਪ੍ਰਕਾਸ਼ ਸਿੰਘ ਬਾਦਲ, ਦੇ ਰਹੇ ਸੀਗੇ ਅੱਜ ਤੱਕ, ਉਸ ਤੋਂ ਬਾਅਦ ਦੇ ਰਿਹਾ, ਅੱਜ ਵੀ ਦੇ ਰਹੇ ਨੇ, ਉਹਦੇ ਨਾਲ ਨੇ, ਸਬੂਤ ਨੇ ਮੇਰੇ ਕੋਲੇ, ਮੈਂ ਐਵੇਂ ਗੱਲ ਨਹੀਂ ਕਰਾਂ। ਨਾਮਧਾਰੀ ਕੂਕੇ ਕਿਤਾਬਾਂ ਲਿਖਦੇ ਆ, ਉਹ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਜੋਤੀ ਜੋਤ ਨਹੀਂ ਸਮਾਏ, ਉਹ ਕਹਿੰਦੇ 1812 ਤੱਕ ਨਾਂ ਬਦਲ ਕੇ, ਭੇਸ ਬਦਲ ਕੇ ਸੰਸਾਰ ਤੇ ਵਿਚਰੇ ਆ। ਹੁਣ ਸਵਾਲ ਇਹ ਹੈ ਕਿ ਜਿਸ ਗੁਰੂ ਨੇ ਜ਼ੁਲਮ ਦੇ ਖਿਲਾਫ ਸਨਮਨ ਸਵਾਰਤਾ, ਮਾਤਾ ਪਿਤਾ ਦਿਲ ਮਤਲਬ ਕਿ ਸਾਹਿਬਜ਼ਾਦੇ ਛੋਟੇ ਵੱਡੇ ਵੱਡੇ ਜੰਗ ਦੇ ਮੈਦਾਨ 'ਚ ਛੋਟੇ ਨੀਹਾਂ 'ਚ ਚਨਵਾ ਤੇ, ਮਾਤਾ ਵੀ ਸ਼ਹੀਦ, ਜਾਨ ਤੋਂ ਪਿਆਰੇ ਸਿੰਘ ਵੀ ਸ਼ਹੀਦ ਕਰਾਤੇ, ਉਹ ਗੁਰੂ ਲੁਕ ਕੇ ਅਤੇ ਨਾਂ ਬਦਲ ਕੇ ਇਸ ਸੰਸਾਰ 'ਤੇ ਕਿੰਨਾ ਚਿਰ ਵਿਚਰੇ? ਕੂਕਿਆਂ ਦੇ ਹਿਸਾਬ ਨਾਲ 104 ਸਾਲ। ਜਿਨ੍ਹਾਂ ਨੇ ਨੰਦਾ ਦੀ ਪੁਰੀ ਵੀ ਛੱਡੀ ਅਤੇ ਡੰਕੇ ਦੀ ਛੋਟ 'ਤੇ ਛੱਡੀ ਸੀ, ਉਹ ਲੁਕ ਕੇ ਕਿੱਦਾਂ ਜੀ ਸਕਦੇ ਆ? ਇਹ ਵੇਖ ਲਓ, ਫਿਰ ਹੁਣ ਕਿਤਾਬਾਂ ਲਿਖੀਆਂ ਨੇ, ਪਰ ਅੱਜ ਤੱਕ ਕੋਈ ਸਿੱਖ ਬੋਲਿਆ ਹੈ? ਅੱਜ ਤੱਕ ਸਾਡੀ ਕੋਈ ਵੀ ਇੱਕ ਸੰਪਰਦਾ ਇਸ ਚੀਜ਼ 'ਤੇ ਬੋਲੀ ਆ ਕੋਈ? ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਨੇ ਕਿਤਾਬਾਂ ਲਿਖਤੀਆਂ ਕਿ 1708 ਵਿੱਚ ਜੋਤੀ ਜੋਤ ਨਹੀਂ ਸਮਾਏ, 1812 ਤੱਕ ਨਾਂ ਬਦਲ ਕੇ ਭੇਸ ਬਦਲ ਕੇ ਇਸ ਸੰਸਾਰ 'ਤੇ ਵਿਚਰੀ ਆ। ਫਿਰ ਕਹਿੰਦੇ ਆ ਕਿ ਉਹਨਾਂ ਨੇ ਜਿਹਨੂੰ ਨਾਮਧਾਰੀ ਕੂਕੇ, ਇਹ ਨਾਮਧਾਰੀ ਕੂਕੇ ਬੜੇ ਦੇਹਧਾਰੀ ਡੰਮੀ ਗੁਰੂ ਬੜੇ ਫਿਰਦੇ ਨੇ, ਅਗਨਮੀਤ ਰਾਮ ਰੀਮ ਤੁਰਿਆ ਫਿਰਦਾ, ਇਸੇ ਤਰ੍ਹਾਂ ਆਰਾਧਾ ਸਵਾਮੀ ਤੁਰੇ ਫਿਰਦੇ ਨੇ, ਗੁਰਿੰਦਰ ਢਿੱਲੋਂ ਵਰਗੇ, ਜਾਂ ਹੋਰ ਕੋਈ ਨਰਕਧਾਰੀ ਹੈ,
ਜਿਨ੍ਹਾਂ ਦੇ ਨਾਲ ਟੱਕਰ ਵੀ ਹੋਈ ਖਾਲਸਾ ਪੰਥ ਦੀ, ਜਾਂ ਹੋਰ ਵੀ ਪਿਆਰੇ ਭਨਿਆਰੇ ਵਰਗੇ ਬੜੇ ਨੇ ਜਿਹੜੇ ਬਾਦਲਾਂ ਦੇ ਗੁਰੂ। ਪਰ ਸਭ ਤੋਂ ਜੇ ਸਾਡੇ ਤੇ ਹਮਲਾ ਕੀਤਾ, ਵੱਧ ਖਤਰਨਾਕ ਹਮਲਾ ਹੈ, ਤੇ ਉਹ ਨਾਮਧਾਰੀ ਕੂਕਿਆਂ ਵੱਲੋਂ, ਕਿਉਂਕਿ ਬਾਕੀਆਂ ਨੇ ਆਪਣਾ ਆਪ ਚਲਾਇਆ ਹੈ। ਉਹ ਇਹ ਨਹੀਂ ਕਹਿੰਦੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਅਸੀਂ ਗੁਰੂ ਹਾਂ। ਉਹਨਾਂ ਨੇ ਕਿਤਾਬਾਂ ਲਿਖਤੀਆਂ ਤੇ ਉਹ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1812 ਵਿੱਚ, ਜਿਹਨੂੰ ਉਹ 11ਵਾਂ ਗੁਰੂ ਮੰਨਦੇ ਆ, ਜਿਹਨੂੰ ਉਹ ਸਤਿਗੁਰੂ ਬਾਲਕ ਸਿੰਘ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਮੈਂ ਤੁਹਾਨੂੰ ਬਾਲਕ ਸਿੰਘ ਕਹਾਂਗਾ, ਉਹਦੀ ਉਹ ਲੜੀ ਜੋੜ ਰਹੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1812 'ਚ ਬਾਬੇ ਬਾਲਕ ਸਿੰਘ, ਸਤਿਗੁਰੂ ਬਾਲਕ ਸਿੰਘ ਨੂੰ ਆਪਣੇ ਹੱਥੀਂ ਗੁਰਤਾ ਗੱਦੀ ਦੇ ਕੇ, ਅਤੇ ਉਹਨਾਂ ਨੇ ਫਿਰ ਇਹ ਸਰੀਰ ਛੱਡਿਆ। ਇਹ ਉਹਨਾਂ ਨੇ ਕਿਤਾਬਾਂ ਲਿਖਤੀਆਂ। ਅੱਗੇ ਉਹਨਾਂ ਨੇ ਗੁਰਬਾਣੀ ਦੇ ਗੁਟਕੇ ਪਬਲਿਸ਼ ਕੀਤੇ ਨੇ, ਜਿਨ੍ਹਾਂ ਗੁਟਕਿਆਂ ਦੇ ਉੱਤੇ ਉਹਨਾਂ ਨੇ ਇਹ ਲਿਖਿਆ ਕਿ ਇੱਕ ਓਂਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ ਨਾਮਧਾਰੀ ਨਿਤਨੇਮ। ਆਹ ਤੁਸੀਂ ਉਹ ਵੇਖ ਸਕਦੇ ਹੋ। ਹੁਣ ਸਵਾਲ ਇਹ ਹੈ ਕਿ ਆਹ ਗੁਟਕੇ ਨੇ, ਆਹ ਹੈ ਉੱਤੇ ਟਾਈਟਲ ਪੇਜ ਹੈ, ਔਰ ਇਹਨਾਂ ਗੁਟਕਿਆਂ ਦੇ ਉੱਤੇ ਇਹ ਲਿਖਤਾ, ਹੁਣ ਸਤਿਗੁਰ ਰਾਮ ਸਿੰਘ ਸਹਾਏ ਕਿਉਂ? ਕੀ ਗੁਰਬਾਣੀ ਦੀ ਰਚਨਾ ਨਾਮਧਾਰੀਆਂ ਨੇ ਕੀਤੀ ਹੈ? ਨਹੀਂ। ਫਿਰ ਸਤਿਗੁਰੂ ਰਾਮ ਸਿੰਘ ਸਹਾਏ ਕਿਉਂ? ਫਿਰ ਇਹ 800 ਪੰਨਿਆਂ ਦਾ ਗੁਟਕਾ ਤੇ 100 ਪੰਨਿਆਂ ਦੀ ਭੂਮਿਕਾ ਹੈ। ਇੱਕ ਵਾਰ ਨਾ ਦਰਸ਼ਕਾਂ ਨੂੰ ਆ ਵੀ ਦੱਸ ਦਿਓ ਕਿ ਰਾਮ ਸਿੰਘ ਕੌਣ ਸੀ? ਮੈਂ ਸਾਰਾ ਦੱਸਾਂਗਾ, ਸਾਰਾ ਦੱਸ। ਉਹਦੇ ਵਿੱਚ ਇਹ ਆ ਕਿ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ, ਮੈਂ ਅੱਗੇ ਆ ਰਿਹਾ, ਇਸੇ ਗੱਲ 'ਤੇ ਆ ਰਿਹਾ ਵੀ ਉਹਨਾਂ ਨੇ ਕਹਿਤਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਤਿਗੁਰੂ ਬਾਲਕ ਸਿੰਘ ਨੂੰ ਗੁਰਤਾ ਗੱਦੀ ਦੇ ਦਿੱਤੀ, ਜਿਹਨੂੰ ਇਹ 11ਵਾਂ ਗੁਰੂ ਮੰਨਦੇ ਆ। ਅੱਗੋਂ ਆ ਗਿਆ ਬਾਬਾ ਰਾਮ ਸਿੰਘ, ਉਹ 12ਵਾਂ। ਬਾਬੇ ਰਾਮ ਸਿੰਘ ਤੋਂ ਬਾਅਦ ਆ ਜਾਂਦਾ ਹਰੀ ਸਿੰਘ, ਹਰੀ ਸਿੰਘ ਤੋਂ ਬਾਅਦ ਆ ਜਾਂਦਾ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਤੋਂ ਬਾਅਦ ਆ ਜਾਂਦਾ ਜਗਜੀਤ ਸਿੰਘ, ਜਗਜੀਤ ਸਿੰਘ ਤੋਂ ਬਾਅਦ ਹੁਣ ਆ ਜਾਂਦਾ ਉਦੇ ਸਿੰਘ, ਅਤੇ ਹੁਣ ਉਹ ਦੋ ਭਰਾ ਨੇ ਉਦੇ ਸਿੰਘ ਅਤੇ ਦਲੀਪ ਸਿੰਘ, ਅਤੇ ਦੋਵੇਂ ਆਪੋ ਆਪਣੀਆਂ ਗੱਦੀਆਂ ਚਲਾਈ ਜਾਂਦੇ ਨੇ, ਅਰਦਾਸ ਦੋਵਾਂ ਦੀ ਹੁੰਦੀ ਆ। ਇਹ ਨੇ ਉਹ ਰਾਮ ਸਿੰਘ ਉਹ ਆ, ਪਰ ਇਹ ਬਾਬੇ ਬਾਲਕ ਸਿੰਘ ਨੂੰ ਇੰਨਾ ਪ੍ਰਮੋਟ ਨਹੀਂ ਕਰਦੇ ਜਿੰਨਾ ਸਤਿਗੁਰੂ ਰਾਮ ਸਿੰਘ ਨੂੰ, ਰਾਮ ਸਿੰਘ ਨੂੰ ਕਰਦੇ ਨੇ, ਕਿਉਂਕਿ ਬਾਬੇ ਰਾਮ ਸਿੰਘ ਨੇ ਜਿਹੜਾ ਸੀ ਉਹ ਦੇਸ਼ ਦੇ ਮਤਲਬ ਕਿ ਅੰਗਰੇਜ਼ਾਂ ਦੇ ਖਿਲਾਫ ਕਾਫੀ ਉਹਨਾਂ ਨੇ ਮੂਵਮੈਂਟ ਚਲਾਈ ਸੀ, ਇਸ ਕਰਕੇ। ਔਰ ਬਾਬੇ ਰਾਮ ਸਿੰਘ ਨੇ ਆਪਣੇ ਆਪ ਨੂੰ ਗੁਰੂ ਵੀ ਨਹੀਂ ਕਵਾਇਆ, ਇਹ ਵੀ ਮੈਂ ਤੁਹਾਨੂੰ ਦੱਸਦੇ ਹਾਂ। ਇਹ ਉਸ ਤੋਂ ਬਾਅਦ ਹੀ ਅੰਗਰੇਜ਼ਾਂ ਦੇ ਨਾਲ ਸੰਧੀ ਕਰਕੇ ਤੇ ਸਾਰਾ ਕੁਝ ਚੱਲਿਆ, ਜੋ ਜਿੰਨੀ ਕਿ ਮੈਨੂੰ ਮਤਲਬ ਕਿ ਪੜਚੋਲ ਕਰਨ 'ਤੇ ਜੋ ਜਾਣਕਾਰੀ ਮਿਲੀ ਹੈ। ਹੁਣ ਇਸ ਗੁਟਕੇ ਦੇ ਵਿੱਚ ਆਹ ਜਿਹੜਾ ਗੁਟਕਾ ਹੈ, ਇਸ ਗੁਟਕੇ ਦੇ ਇਹ 800 ਪੰਨਿਆਂ ਦਾ ਗੁਟਕਾ ਅਤੇ 100 ਪੰਨਿਆਂ ਦੀ ਭੂਮਿਕਾ ਹੈ। ਭੂਮਿਕਾ 'ਚ ਗੁਰਬਾਣੀ ਦੀਆਂ ਤੁਕਾਂ ਨੇ, ਗੁਰਬਾਣੀ ਦੀਆਂ ਤੁਕਾਂ ਦੇ ਅਰਥ ਆਪਣੇ ਹਿਸਾਬ ਨਾਲ ਕਰਕੇ ਕਹਿੰਦੇ ਆ ਕਿ ਗੁਰਬਾਣੀ ਕਹਿੰਦੀ ਆ ਕਿ ਦੇਹਧਾਰੀ ਗੁਰੂ ਦੀ ਲੋੜ ਹੈ, ਦੇਹਧਾਰੀ ਗੁਰੂ ਦੀ ਲੋੜ ਹੈ, ਗੁਰਬਾਣੀ ਕਹਿ ਰਹੀ ਹੈ, ਇਹ ਕਹਿੰਦੇ ਆ ਰਹੀ ਹੈ, ਕਿਉਂਕਿ ਉਹਨਾਂ ਨੇ ਤੁਕਾਂ ਉਹ ਵਿੱਚੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਕੱਢ ਕੇ ਅਤੇ ਉਹ ਲਿਖਤੀਆਂ, ਅਤੇ ਅਰਥ ਉਹਦੇ ਆਪਣੇ ਹਿਸਾਬ ਨਾਲ ਕਰਤੇ। ਉਹ ਆਉਂਦਾ ਨਾ ਵੀ ਕਿਸੇ ਕੋਈ ਪੈਸੇ ਲੈ ਕੇ ਤੇ ਮੁੱਕਰ ਗਿਆ, ਤੇ ਉਹਨਾਂ ਦੇ ਵੀ ਤੂੰ ਇਹ ਮੁੱਕਰਿਆ ਕਹਿੰਦੇ ਆ, ਉਹਨਾਂ ਗੁਰਬਾਣੀ ਕਹਿੰਦੀ ਆ, ਕਿਸੇ ਕਹਿੰਦੀ ਆ ਕਿਤੇ ਲੈ ਲੈ ਮੁੱਕਰ ਪਾਏ, ਆਉਂਦਾ ਅਗਲੀ ਗੱਲ ਆਉਂਦਾ ਅਗਲੀ ਦੀ ਮੈਨੂੰ ਲੋੜ ਨਹੀਂ, ਮੈਨੂੰ ਤੇ ਉਹੀ ਠੀਕ ਹੈ, ਇਹ ਤਾਂ ਮੇਰੇ ਤੇ ਉਹੀ ਫਿੱਟ ਹੈ ਵੀ ਕਿਤੇ ਲੈ ਲੈ ਮੁੱਕਰ ਪਾਏ, ਜੇ ਗੁਰਬਾਣੀ ਦੇ ਵਿੱਚ ਲਿਖਿਆ ਵੀ ਕਿਤੇ ਲੈ ਲੈ ਮੁੱਕਰ ਪਾਏ ਤੇ ਫਿਰ ਕੀ ਹੈ। ਇਸੇ ਤਰ੍ਹਾਂ ਇਹਨਾਂ ਨੇ ਉਹ ਤੁਕਾਂ ਲੈ ਕੇ ਉਹਦੇ ਅਰਥ ਆਪਣੇ ਹਿਸਾਬ ਨਾਲ ਕਰਕੇ ਦਿਖਾਇਆ, ਤਾਂ ਗੁਰਬਾਣੀ ਕਹਿੰਦੀ ਹੈ ਕਿ ਦੇਹ ਤੱਕ ਚੀਜ਼ਾਂ ਛਪੀਆਂ ਹੋਈਆਂ ਨੇ, ਇਹ ਵਿਕਦੀਆਂ ਪਈਆਂ ਨੇ, ਵਿਕਦੀਆਂ ਹੀ ਨਹੀਂ। ਅੱਗੇ ਮੈਂ ਦੱਸਦਾ ਤੁਹਾਨੂੰ, ਇਹਨਾਂ ਨੇ ਇਹ ਗੁਟਕੇ ਪਬਲਿਸ਼ ਕਰਤੇ। ਇਹ ਗੁਟਕੇ ਦੇ ਸੰਬੰਧ ਵਿੱਚ ਮੇਰੇ ਵੱਲੋਂ
2018 ਦੇ ਵਿੱਚ ਇੱਕ ਲਿਖਤੀ ਪੱਤਰ ਦਿੱਤਾ ਗਿਆ ਉਸ ਵਕਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਪ੍ਰਧਾਨ ਸੀ ਗੋਬਿੰਦ ਸਿੰਘ ਲੌਂਗੋਵਾਲ। ਲੌਂਗੋਵਾਲ ਨੇ ਫਿਰ ਮੇਰੇ ਵੱਲੋਂ ਕੀਤੀ ਸ਼ਿਕਾਇਤ ਤੇ ਆ ਸਿੱਖ ਇਤਿਹਾਸ ਰਿਸਰਚ ਬੋਰਡ ਵੱਲੋਂ ਪੜਤਾਲ ਕੀਤੀ ਗਈ ਹੈ। ਆ ਮੈਂ 38 ਪੁਆਇੰਟ ਲਾਏ ਸੀ ਤੇ ਉਹ ਸਾਰੇ ਪੁਆਇੰਟ ਟੂ ਪੁਆਇੰਟ ਉਹਨੇ ਜਿਹੜਾ ਸੀ ਇਹ ਲਿਖ ਕੇ ਤੇ ਇਹਦੇ ਵਿੱਚ ਉਹਨਾਂ ਨੇ ਇਹ ਸਾਰਾ ਕਰਤਾ ਕਿ ਨਾਮਧਾਰੀ ਕੂਕਿਆਂ ਨੇ ਇਤਿਹਾਸ ਤੇ ਗੁਰਬਾਣੀ ਨੂੰ ਤਰੋੜ ਮੁੜ ਕੇ ਲਿਖਿਆ ਤੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏ। ਉਹ ਆ ਗਿਆ ਲੌਂਗੋਵਾਲ ਕੋਲ। ਲੌਂਗੋਵਾਲ ਨੇ ਫਿਰ ਭੇਜਤਾ ਧਰਮ ਪ੍ਰਚਾਰ ਕਮੇਟੀ ਨੂੰ। ਹੁਣ ਧਰਮ ਪ੍ਰਚਾਰ ਕਮੇਟੀ ਦਾ ਆਹ ਪੜ੍ਹ ਲਓ ਆਹ ਮਤਾ ਹੈ। ਆਹ ਮਤੇ ਤੇ ਕੀ ਲਿਖਿਆ? ਬੜਾ ਸਪਸ਼ਟ ਲਿਖਿਆ ਕਿ ਇਹ 17 ਅਕਤੂਬਰ 2018 ਦਾ ਮਤਾ ਨੰਬਰ 460 ਦੀ ਨਕਲ ਹੈ। ਲਿਖਿਆ ਹੈ ਕਿ ਬਲਦੇਵ ਸਿੰਘ ਜੀ ਸਿਰਸਾ ਵੱਲੋਂ ਪੁੱਜੀ ਪੱਤਰਿਕਾ ਅਨੁਸਾਰ ਪੁਸਤਕ ਨਾਮਧਾਰੀ ਨਿਤਨੇਮ ਵਿੱਚ ਲਿਖਤੀ ਰੂਪ ਵਿੱਚ ਕੀਤੀ ਗਈ ਧਾਰਮਿਕ ਅਵੱਗਿਆ ਬਾਰੇ ਗੰਭੀਰ ਇਤਰਾਜ਼ ਹੋਣ ਦਾ ਜ਼ਿਕਰ ਕਰਨ 'ਤੇ ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕੀਤੀ ਗਈ ਪੜਤਾਲ ਅਨੁਸਾਰ ਉਕਤ ਪੁਸਤਕ ਸਮੁੱਚੇ ਰੂਪ ਵਿੱਚ ਪੂਰਨ ਤੌਰ 'ਤੇ ਗੁਰਮਤ ਵਿਰੋਧੀ ਸਿੱਖ ਇਤਿਹਾਸ ਦੇ ਤੱਥਾਂ ਨੂੰ ਤਰੋੜ ਮਰੋੜ ਕੇ ਗੁਰਬਾਣੀ ਦੇ ਅਰਥਾਂ ਨੂੰ ਆਪਣੇ ਅਨੁਸਾਰ ਗਲਤ ਅਰਥ ਕਰਕੇ ਆਪਣੇ ਪੱਖਾਂ ਦੀ ਪ੍ਰੋੜਤਾ ਕੀਤੀ ਗਈ ਹੈ। ਉਕਤ ਪੁਸਤਕ ਵਿੱਚ ਸਿਧਾਂਤਕ ਇਤਿਹਾਸਕ ਗਲਤੀਆਂ ਅਤੇ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਕਰਕੇ ਸੰਬੰਧਤਾਂ ਵਿਰੁੱਧ ਕਾਰਵਾਈ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਤੋਂ ਆਦੇਸ਼ ਪ੍ਰਾਪਤ ਕੀਤਾ ਜਾਵੇ। ਇਹ ਲੌਂਗੋਵਾਲ ਨੇ ਫਿਰ ਭੇਜਤਾ ਜਥੇਦਾਰ ਅਕਾਲ ਤਖ਼ਤ ਨੂੰ ਤੇ ਆਹ ਲਓ ਇਹ ਜਥੇਦਾਰ ਅਕਾਲ ਤਖ਼ਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਹ ਤੁਸੀਂ ਦੇਖ ਸਕਦੇ ਹੋ ਕਿ ਇਹ 17/12/2018 ਨੂੰ ਇਹ ਜਿਹੜਾ ਹੈ ਇਹ ਪੱਤਰ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਤਾ ਕਿ ਇਹ ਨਾਮਧਾਰੀ ਕੂਕਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਫਿਰ ਪ੍ਰਧਾਨ ਕੋਲ ਆ ਗਈ। ਪ੍ਰਧਾਨ ਨੇ ਫਿਰ ਇੱਕ ਸਬ ਕਮੇਟੀ ਬਣਾਤੀ। ਸਬ ਕਮੇਟੀ ਨੇ ਵੀ ਇੱਥੇ ਮੋਹਰ ਲਾਤੀ ਵੀ ਇਹ ਇਹਨਾਂ ਨੇ ਗਲਤ ਲਿਖਿਆ ਤੇ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ। ਇਹਨਾਂ ਨੇ ਮੁੜ ਕੇ ਪਾਤਾ ਇਹਨੂੰ ਠੰਡੇ ਬਸਤੇ 'ਚ। ਜਦੋਂ ਇਹਨਾਂ ਨੇ ਠੰਡੇ ਬਸਤੇ 'ਚ ਪਾਤਾ ਤੇ ਮੈਂ ਫਿਰ ਇੱਕ ਮਿੰਟ ਇਹ ਸਾਰਾ ਕੁਝ ਹੋ ਗਿਆ। ਇਹ SGPC ਨੇ ਵੀ ਮੰਨ ਲਿਆ ਕਿ ਕਾਰਵਾਈ ਹੋਣੀ ਚਾਹੀਦੀ ਹੈ, ਅਕਾਲ ਤਖ਼ਤ ਤੋਂ ਹੁਕਮ ਤੱਕ ਆ ਗਏ ਤੇ ਫਿਰ ਠੰਡੇ ਬਸਤੇ 'ਚ ਕਾਹਨੂੰ ਪਾਤਾ? ਅਕਾਲ ਤਖ਼ਤ ਇੱਕ ਬੰਨੇ ਕਹਿੰਦੇ ਆ ਕਿ ਅਕਾਲ ਤਖ਼ਤ ਸੁਪਰੀਮ ਹੈ, ਠੀਕ ਹੈ, ਸਿੱਖ ਕੌਮ ਲਈ ਹੈ ਵੀ ਸੁਪਰੀਮ। ਇਹ ਵੱਖਰੀ ਗੱਲ ਹੈ ਕਿ ਅੱਜ ਉੱਥੇ ਕਬਜ਼ਾ ਜਿਹੜਾ ਹੈ ਉਹ ਬਾਦਲਾਂ ਦੇ ਜਿਹੜੇ ਹੈਗੇ ਨੇ ਝੋਲੀ ਚੁੱਕ ਉਹਨਾਂ ਦਾ, ਅਕਾਲ ਤਖ਼ਤ ਸਾਹਿਬ 'ਤੇ ਜਿਹੜਾ ਕਬਜ਼ਾ ਹੈ ਉਹ ਉਹਨਾਂ ਲੋਕਾਂ ਦਾ। ਸ਼ਰਮ ਆਉਂਦੀ ਸਾਨੂੰ ਇਹ ਗੱਲ ਕਰਦਿਆਂ ਨੂੰ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਕਰਦੇ ਹਾਂ, ਪਰ ਜੇ ਲੋਕਾਂ ਨੂੰ ਸੱਚ ਨਾ ਦੱਸਿਆ ਜੂ ਤਾਂ ਲੋਕ ਕਿਵੇਂ ਸਮਝਣਗੇ ਵੀ ਅੱਜ ਉੱਥੇ ਕਬਜ਼ਾ ਕੀਦਾ? ਸੋ ਉਹਨੇ ਜੇ ਅਕਾਲ ਤਖ਼ਤ ਸੁਪਰੀਮ ਹੈ ਮੰਨਦੇ ਨੇ ਤੇ ਫਿਰ ਜਦੋਂ ਅਕਾਲ ਤਖ਼ਤ ਜਥੇਦਾਰ ਨੇ ਆਦੇਸ਼ ਇਹਨਾਂ ਨੂੰ ਜਾਰੀ ਕਰਤਾ ਕਿ ਨਾਮਧਾਰੀ ਕੂਕਾਂ ਦੇ ਖਿਲਾਫ਼ ਕਾਰਵਾਈ ਕਰੋ, ਫਿਰ ਇਹਨਾਂ ਸਬ ਕਮੇਟੀ ਕਿਉਂ ਬਣਾਈ? ਇਹਦਾ ਜਵਾਬ ਕੌਣ ਦਊਗਾ? ਸਬ ਕਮੇਟੀ ਨੇ ਵੀ ਮੋਹਰ ਲਾਤੀ ਵੀ ਇਹਨਾਂ ਦੇ ਖਿਲਾਫ਼ ਕਾਰਵਾਈ ਕਰੋ। ਮਤਲਬ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਉੱਚੀ ਹੁਣੇ ਸਬ ਕਮੇਟੀ ਹੋ ਗਈ ਕਿ ਇਹਦੀ ਮੋਹਰ ਲਾਉਣੀ ਜ਼ਿਆਦਾ ਜ਼ਰੂਰੀ ਹੋ ਗਈ ਸੀ ਹੁਣ? ਪਰ ਉਹਨੇ ਫਿਰ ਵੀ ਉੱਥੇ ਮੋਹਰ ਲਾ ਹੀ ਦਿੱਤੀ, ਲਾਤੀ, ਠੀਕ ਹੈ। ਇਹਨਾਂ ਨੇ ਮੁੜ ਕੇ ਠੰਡੇ ਬਸਤੇ 'ਚ ਪਾਤਾ। ਮੈਂ ਜਥੇਦਾਰ ਕੋਲ ਗਿਆ ਭਾਈ ਤੁਹਾਡਾ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਕੀਤਾ ਸੀ ਤੇ ਉਹਨਾਂ ਨੇ ਮੰਨਿਆ ਨਹੀਂ ਤੇ ਉਹਨਾਂ ਕੂਕਿਆਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ, ਪੈ ਗਿਆ ਪੰਜੇ ਪੱਥਰ ਲੈ ਕੇ, ਮੈਂ ਕੀ ਕਰਾਂ? ਤੁਸੀਂ ਜਾਣੋ, ਤੁਹਾਡੀ ਸ਼੍ਰੋਮਣੀ ਕਮੇਟੀ ਜਾਵੇ। ਇਹ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਨੂੰ ਜਦੋਂ ਜਥੇਦਾਰ ਸੀ। ਜੀ 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 ਮੈਂ ਉਦੋਂ ਦੀ ਗੱਲ ਕਰ ਰਿਹਾ। ਫਿਰ
ਆਂਦਾ ਤੁਸੀਂ ਜਾਓ ਤੁਹਾਡੀ ਮਿੱਟੀ ਜਾਣੇ। ਫਿਰ ਮੈਂ ਪ੍ਰਧਾਨ ਕੋਲ ਗਿਆ, ਪ੍ਰਧਾਨ ਨੇ ਬਾਹਾਂ ਖੜੀਆਂ ਕੀਤੀਆਂ, ਆਖਿਆ ਨਹੀਂ, ਕਹਿੰਦਾ ਸਰਸਾ ਜੀ ਮੇਰੀਆਂ ਬਾਹਾਂ ਖੜੀਆਂ। ਇਹ ਲੌਂਗੋਵਾਲ ਸਾਹਿਬ ਨੇ ਕੀਤਾ ਜੀ? ਲੌਂਗੋਵਾਲ ਨੇ ਕੀਤਾ, ਮੈਂ ਚੈਨਲ ਤੇ ਬੋਲ ਰਿਹਾ ਯਾਰ, ਤੇ ਤੁਹਾਡੇ ਕੋਲ ਮੈਂ ਪਹਿਲੀ ਵਾਰ ਨਹੀਂ ਬੋਲਿਆ, ਮੈਂ ਪਤਾ ਨਹੀਂ ਕਿੰਨੀ ਵਾਰ ਬੋਲ ਚੁੱਕਾ ਇੱਥੇ। ਫਿਰ ਮੈਂ ਕੀ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਹਾਊਸ ਨੂੰ 185 ਮੈਂਬਰ ਨੇ, 185 ਮੈਂਬਰਾਂ ਨੂੰ ਫਿਰ ਮੈਂ ਜਿਹੜਾ ਸੀ ਉਹ ਲੀਗਲ ਨੋਟਿਸ ਦਿੱਤਾ ਆਪਣੇ ਵਕੀਲ ਦੇ ਰਾਹੀਂ, ਭਾਈ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਨਹੀਂ ਕੀਤੀ, 60 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਇਹਨਾਂ ਦੇ ਖਿਲਾਫ਼ ਕੇਸ ਕਰੋ, ਤਾਂ ਨਹੀਂ ਤਾਂ ਮੈਂ ਤੁਹਾਡੇ ਖਿਲਾਫ਼ ਕਾਰਵਾਈ ਕਰਾਂਗਾ। ਇਹਨਾਂ ਕੁਛ ਨਾ ਕੀਤਾ, ਮੈਂ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਕੇਸ ਕਰਤਾ। ਸ਼੍ਰੋਮਣੀ ਕਮੇਟੀ ਨੇ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਸੀ ਉਹਨਾਂ ਨੂੰ ਕਾਪੀ ਚਲੀ ਗਈ, ਪਰ ਉਹਨਾਂ ਨੇ ਵੀ ਠੰਡੇ ਬਸਤੇ 'ਚ ਪਾਤਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਨੇ ਵੀ। ਜਦੋਂ ਮੈਂ 2022 ਦੇ ਵਿੱਚ ਇੱਥੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ, ਕਿਉਂਕਿ ਪਹਿਲਾਂ ਦਿੱਲੀ ਸਾਂ, ਦਿੱਲੀ ਤੋਂ ਫਿਰ ਆ ਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਗਏ, ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ ਵਿਹਲੇ ਹੋ ਕੇ ਅਤੇ ਫਿਰ ਚਲੇ ਗਏ ਉੱਥੇ ਗੁਰਦੁਆਰਾ ਜੁਡੀਸ਼ੀਅਲ ਕੋਰਟ ਚਲੇ ਗਿਆ। ਮੈਂ ਉੱਥੇ ਜਾ ਕੇ ਉਹਨੂੰ ਕਹਿ ਤਾ ਵੀ ਹੁਣ ਧਰਨਾ ਤੁਹਾਡੇ ਖਿਲਾਫ਼ ਹੈ ਉੱਥੇ, ਬਿਲਕੁਲ ਜੀ ਮੈਂ ਲਾਏ ਨੇ ਧਰਨੇ, ਲਾਏ ਨੇ ਯਾਰ, ਇੱਕ ਵਾਰ ਨਹੀਂ ਲਾਇਆ ਅਤੇ ਅਜੇ ਵੀ ਪਤਾ ਨਹੀਂ ਹੁਣ ਫਿਰ ਨਾ ਕਿਤੇ ਲਾਉਣਾ ਪੈ ਜੇ, ਅਤੇ ਇਹ ਮੈਂ ਧਰਨੇ ਉੱਥੇ ਲਾਏ। ਫਿਰ ਉਹਨਾਂ ਨੇ ਜਿਹੜਾ ਸੀ ਆਹ ਸ਼੍ਰੋਮਣੀ ਕਮੇਟੀ ਨੇ ਜਿਹੜਾ ਪੱਤਰ ਹੈ ਆਹ ਤੁਸੀਂ ਵੇਖ ਸਕਦੇ ਜੇ ਕਿ ਆਹ ਵੇਖੋ ਆਹ 2/9/2022 ਨੂੰ ਤੇਜਾ ਸਿੰਘ ਸਮੁੰਦਰੀਵਾਲ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਜਿਹੜਾ ਪੱਤਰ ਆ ਇਹ ਪੰਜਾਬ ਪੁਲਿਸ ਜਿਹੜਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹੈ ਆਹ ਤੁਸੀਂ ਵੇਖ ਸਕਦੇ ਜੇ ਕਿ ਆਹ ਵੱਲੋਂ ਉਹਦੇ ਤੇ ਆਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸੇਵਾ ਵਿਖੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਉਹਨਾਂ ਨੂੰ ਆਹ ਜਿੰਨੇ ਪੁਆਇੰਟ ਮੈਂ ਲਿਖੇ ਸੀ 38 ਪੁਆਇੰਟ ਸੀ, ਪੁਆਇੰਟ ਟੂ ਪੁਆਇੰਟ ਉਹਨਾਂ ਨੇ ਲਿਖ ਕੇ ਤੇ ਕਹਿਤਾ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਪੁਲਿਸ ਕਾਰਵਾਈ ਕੀਤੀ ਜਾਵੇ। ਸਰ ਸਾਹਿਬ ਮੈਂ ਇੱਕ ਚੀਜ਼ ਇਹ 'ਚ ਤੁਹਾਨੂੰ ਪੁੱਛਣੀ ਚਾਹੁੰਦਾ ਆ, ਤੁਸੀਂ ਧਰਨਾ ਲਾਇਆ ਅਦਾਲਤ ਦੇ ਬਾਹਰ, ਪਰ ਕੀ ਅਦਾਲਤ ਨੇ ਉੱਤੇ ਇਤਰਾਜ਼ ਨਹੀਂ ਕੀਤਾ? ਤੁਸੀਂ ਤਾਂ ਸਿੱਧਾ ਸਿਸਟਮ ਦੇ ਜੁਡੀਸ਼ੀਅਰੀ ਦੇ ਸਾਹਮਣੇ ਧਰਨਾ ਲਾ ਦਿੱਤਾ। ਇਹੋ ਹੀ ਗੱਲ, ਜਦੋਂ ਮੈਂ ਇੱਥੋਂ ਵਿਹਲਾ ਹੋ ਕੇ ਤੇ ਚਲੇ ਗਿਆ ਤੇ ਮੈਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਉੱਥੇ ਦਫ਼ਤਰ ਚਲੇ ਗਿਆ, ਉਹਨਾਂ ਜਾ ਕੇ ਤੇ ਮੈਂ ਕਿਹਾ ਵੀ ਤੁਸੀਂ ਹੁਣ ਕਾਰਵਾਈ ਨਹੀਂ ਕਰਦੇ, ਤੇ ਉਹ ਕਲਰਕਾਂ ਫਲਕਾਂ ਨੂੰ ਕਹਿਤਾ ਮੈਂ ਹੁਣ ਧਰਨਾ ਜਿਹੜਾ ਤੁਹਾਡੇ ਖਿਲਾਫ਼ ਲੱਗੂ। ਉਹ ਚੇਅਰਮੈਨ ਤੇ ਡਾਇਰੈਕਟਰਾਂ ਕੋਲ ਗੱਲ ਚਲੀ ਗਈ, 5 ਅਗਸਤ ਨੂੰ ਸਾਡਾ ਜਿਹੜਾ ਸੀ ਉਹ ਤਰੀਕ ਸੀ, ਅਤੇ ਫਿਰ ਮੈਂ ਉਹਨਾਂ ਨੇ ਮੈਨੂੰ ਅੰਦਰ ਬੁਲਾ ਲਿਆ। ਮੈਨੂੰ ਚੇਅਰਮੈਨ ਕਹਿੰਦਾ ਵੀ ਸਰਸਾ ਜੀ ਤੁਸੀਂ ਪਤਾ ਲੱਗਾ ਕਿ ਸਾਡੇ ਖਿਲਾਫ਼ ਧਰਨਾ ਲਾ ਰਹੇ ਹੋ? ਮੈਂ ਜੀ ਲਾ ਰਿਹਾ, ਇਹ ਤੈਨੂੰ ਪਤਾ ਨਹੀਂ ਵੀ ਅਦਾਲਤ ਆ, ਜੇ ਅਦਾਲਤ ਦੇ ਖਿਲਾਫ਼ ਧਰਨਾ ਲਾਏਗਾ ਤਾਂ ਤੇਰੇ 'ਤੇ ਮਾਣਾ ਨਹੀਂ ਦਾ ਪਰਚਾ ਹੋਊਗਾ। ਮੈਂ ਕਿਹਾ ਚੇਅਰਮੈਨ ਸਾਹਿਬ ਜ਼ਰਾ ਧਿਆਨ ਨਾਲ ਸੁਣ ਲਓ, ਜੇ ਮੈਨੂੰ ਤੁਸੀਂ ਦੱਸ ਰਹੇ ਹੋ ਨਾ ਵੀ ਅਦਾਲਤ ਦੇ ਖਿਲਾਫ਼ ਧਰਨਾ ਲਾਏਗਾ ਜਾਂ ਤੇ ਤੇਰੇ 'ਤੇ ਪਰਚਾ ਪੁਲਿਸ ਪਰਚਾ ਹੋਊਗਾ ਅਦਾਲਤ ਦੀ ਮਾਣਾ ਨਹੀਂ ਦਾ, ਇਹ ਮੈਨੂੰ ਪਤਾ ਹੈ, ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ ਵੀ ਅਦਾਲਤ ਕਿਉਂ ਬਣੀ ਆ? ਇਹ ਅਦਾਲਤ ਬਣੀ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰੇ ਨੇ ਉਹਨਾਂ ਦੇ ਫੈਸਲੇ ਕਰਨ ਵਾਸਤੇ, ਦੂਜੀਆਂ ਅਦਾਲਤਾਂ ਵਰਗੀ ਅਦਾਲਤ ਨਹੀਂ ਹੈਗੀ। ਇਸ ਕਰਕੇ ਇਹ ਮੈਂ ਇਹ ਜਿਹੜਾ ਅਦਾਲਤ ਬਣੀ ਆ, ਅਤੇ ਸ਼੍ਰੋਮਣੀ ਕਮੇਟੀ ਕਿਉਂ ਬਣੀ ਆ? ਸ਼੍ਰੋਮਣੀ ਕਮੇਟੀ ਬਣੀ ਆ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ। ਗੁਰਦੁਆਰੇ ਕਿਉਂ ਬਣੇ ਆ? ਗੁਰਦੁਆਰੇ ਬਣੇ ਗੁਰੂਆਂ ਦੀ ਬਦੌਲਤ, ਗੁਰੂਆਂ ਦੇ ਖਿਲਾਫ਼ ਕਿਤਾਬਾਂ ਲਿਖੀਆਂ ਜਾਣ, ਅਤੇ ਮੈਂ ਆਵਾਂ ਤੁਹਾਡੇ ਕੋਲ, ਤੁਸੀਂ ਪਾ ਦਿਓ ਠੰਡੇ ਬਸਤੇ 'ਚ, ਅਤੇ ਜੇ ਮੈਂ ਕਹਾਂ ਤੁਹਾਨੂੰ ਧਰਨਾ ਲਾਉਣਾ ਹੈ ਤੁਸੀਂ ਮੈਨੂੰ ਦਿਓ ਧਮਕੀ ਵੀ ਜੇ ਧਰਨਾ ਲਾਏਗਾ ਤੇਰਾ ਗਾ, ਮੈਂ ਕਿਹਾ ਮੈਂ ਇਹ ਇਕੱਠੋ ਕੇ ਕਹਿੰਦਾ ਮੈਂ ਧਰਨਾ ਲਾਊਂਗਾ, ਤੁਸੀਂ ਪੁਲਿਸ ਪਰਚਾ ਦਰਜ ਕਰਾਇਓ ਤੇ ਸੋਨੇ ਤੇ ਸੁਹਾਗਾ ਆਊਗਾ। ਆਹ ਜਿਸ ਤਰ੍ਹਾਂ ਮੈਂ ਹੁਣ ਬੋਲ ਰਿਹਾ, ਮੈਂ ਅਦਾਲਤ ਦੇ ਅੱਗੇ ਬੋਲਿਆ, ਮੈਂ ਧਰਨੇ ਲਾਏ ਆ। ਮੁੜ ਕੇ ਧਰਨਾ ਲੱਗਿਆ ਤੇ ਧਰਨਾ ਕਿੱਥੇ ਤੱਕ ਪਹੁੰਚਿਆ? ਧਰਨਾ ਚੱਲਦਾ ਰਿਹਾ, ਫਿਰ ਉਹ ਧਰਨਾ ਚੱਲਣ ਤੋਂ ਬਾਅਦ ਆ ਜਿਹੜੀ ਤੁਹਾਨੂੰ ਪੁਲਿਸ ਕਮਿਸ਼ਨਰ ਨੂੰ ਐਪਲੀਕੇਸ਼ਨ ਜਿਹੜੀ ਦੇਖੀ ਆ ਸ਼੍ਰੋਮਣੀ ਕਮੇਟੀ ਨੇ, ਫਿਰ ਉਹਨਾਂ ਨੇ ਲਿਖ ਦਿੱਤੀ, ਲੇਕਿਨ ਪੁਲਿਸ ਨੇ ਅਜੇ ਤੱਕ ਉੱਤੇ ਕਾਰਵਾਈ ਨਹੀਂ ਕੀਤੀ।
ਪਰ ਇੱਥੇ ਖੜ ਕੇ ਫਿਰ ਜਦੋਂ ਆਪਾਂ ਇਹ ਬਿਆਨ ਦਿੰਦੇ ਹਾਂ ਕਿ ਪੁਲਿਸ ਨੇ ਤਾਂ ਵੀ ਕਾਰਵਾਈ ਨਹੀਂ ਕੀਤੀ ਜੇ ਅਕਾਲ ਤਖਤ ਸਾਹਿਬ ਦਾ ਹੁਕਮ ਸਾਹਮਣੇ ਆਇਆ ਸੀ, ਐਸ ਜੀ ਪੀ ਸੀ ਨੇ ਗਾਂਹ ਨੋਟਿਸ ਵੀ ਪਾਇਆ ਸੀ, ਤਾਂ ਵੀ ਕਾਰਵਾਈ ਨਹੀਂ ਹੋਈ, ਤਾਂ ਫਿਰ ਕਿੱਥੇ ਖੜਦੀ ਹੈ ਪੰਥਕ ਜਮਾਤ? ਅਦਾਲਤ ਦੀ ਕਾਰਵਾਈ ਹੋਣ ਕਰਕੇ, ਸਾਡੇ ਵੱਲੋਂ ਧਰਨੇ ਦੇਣ ਕਰਕੇ, ਕਿਉਂਕਿ ਸੰਗਤ ਦੇ ਵਿੱਚ ਬੜਾ ਰੋਸ, ਅਤੇ ਉੱਥੇ ਜਿਹੜੇ ਮੇਰੇ ਨਾਲ ਸਾਥੀ ਜਾਂਦੇ, ਸਾਡੀ ਲੋਕ ਭਲਾਈ ਇਨਸਾਫ ਵੈਲਫੇਅਰ ਸੰਸਥਾ ਜਿਹੜੀ, ਇਹਦੇ ਵੱਲੋਂ ਮੋਹਾਲੀ ਤੋਂ ਵੀ, ਸਰਦਾਰ ਸੁਰਿੰਦਰ ਸਿੰਘ ਹੋਰੀ, ਹੋਰ ਵੀ ਥਾਂ ਥਾਂ ਤੋਂ, ਇਸੇ ਤਰ੍ਹਾਂ ਪਠਾਨਕੋਟ ਤੋਂ, ਗੁਰਦਾਸਪੁਰ ਤੋਂ, ਰਾਜਸਥਾਨ ਤੋਂ ਸੰਗਤ ਜਿਹੜੀ ਸੀ, ਹਰਿਆਣੇ 'ਚੋਂ ਸੰਗਤ ਜਿਹੜੀ ਸੀ ਉੱਥੇ ਆਈ। ਜਦੋਂ ਵੇਖਿਆ ਵੀ ਇਹ ਕੋਈ ਚਾਰਨ ਜਾਂਦਾ, ਤਾਂ ਫਿਰ ਸ਼੍ਰੋਮਣੀ ਕਮੇਟੀ ਨੇ ਜਿਹੜਾ ਅਸੀਂ ਲਿਖਿਆ, ਨਹੀਂ ਤਾਂ ਸ਼੍ਰੋਮਣੀ ਕਮੇਟੀ ਦਾ ਆਪਣੇ ਆਪਣੇ ਹੀ ਫਰਜ਼ ਬਣਦਾ। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਜਸਟਿਸ ਸਾਰੋਂ ਜਿਹੜੇ ਕਿ ਰਿਟਾਇਰਡ ਜੱਜ ਨੇ ਹਾਈਕੋਰਟ ਦੇ, ਅਤੇ ਅੱਜ ਕੱਲ੍ਹ ਉਹ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਨੇ, ਅਸੀਂ ਉਹਨਾਂ ਦੇ ਘਰ ਬੈਠੇ ਸਾਂ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਚੇਅਰਮੈਨ ਸਾਹਿਬ, ਸਾਰੋਂ ਸਾਹਿਬ, ਵੀ ਤੁਸੀਂ ਹਾਈਕੋਰਟ ਦੇ ਰਿਟਾਇਰਡ ਜੱਜ ਹੋ, ਅਤੇ ਮੇਰਾ ਇੱਕ ਸਵਾਲ ਹੈ। ਕਹਿੰਦੇ ਕੀ? ਮੈਂ ਕਿਹਾ ਇਹ ਦੱਸੋ ਵੀ ਨਾਮਧਾਰੀ ਕੂਕਿਆਂ ਨੇ ਕਿਤਾਬਾਂ ਲਿਖਤੀਆਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1708 'ਚ ਜੋਤੀ ਜੋਤ ਨਹੀਂ ਸਮਾਏ, ਅਤੇ ਉਹ 1812 ਤੱਕ ਇਸ ਸੰਸਾਰ 'ਤੇ ਵਿਚਲੇ, ਅਤੇ ਫਿਰ ਉਹਨਾਂ ਨੇ ਜਿਹਨੂੰ ਉਹ 11ਵਾਂ ਗੁਰੂ ਮੰਨਦੇ ਨੇ, ਬਾਬਾ ਬਾਲਕ ਸਿੰਘ, ਅਤੇ ਉਹਨੂੰ ਗੁਰਤਾ ਗੱਦੀ ਦੇ ਕੇ ਫਿਰਿਆ, ਇਹ ਉਹਨਾਂ ਕਿਤਾਬਾਂ ਲਿਖੀਆਂ। ਅਤੇ ਮੈਨੂੰ ਕਹਿੰਦੇ ਵੀ ਇਹਨਾਂ ਕਿਤਾਬਾਂ 'ਤੇ ਇਤਰਾਜ਼ ਨਹੀਂ ਕੀਤਾ ਕਿਸੇ ਨੇ? ਮੈਂ ਜੀ ਨਹੀਂ ਕੀਤਾ, ਕਿਸੇ ਨੇ ਨਹੀਂ ਕੀਤਾ। ਅੱਗੇ ਮੈਂ ਕਿਹਾ ਉਹਨਾਂ ਨੇ ਕਿਤਾਬਾਂ ਲਿਖਤੀਆਂ, ਅਤੇ ਫਿਰ ਸਾਲ 2000 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਦਾ। ਹੁਣ ਸਤਿਗੁਰੂ ਸ਼ਬਦ ਜਿਹੜਾ ਹੈ, ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਅਸੀਂ ਕਿਸੇ ਨੂੰ ਸਤਿਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕਰ ਸਕਦੇ। ਪਰ ਉਹਨੇ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਕੇ, ਅਤੇ ਇਹਦਾ ਮਤਲਬ ਦੇਹਧਾਰੀ ਗੁਰੂ ਨੂੰ ਮਾਨਤਾ ਦੇ ਦਿੱਤੀ। ਕੌਣ ਸੀ? ਪੰਜਾਬ ਦਾ ਮੁੱਖ ਮੰਤਰੀ। ਮੁੱਖ ਮੰਤਰੀ ਕੌਣ ਹੈ? ਅਕਾਲੀ ਦਲ ਦਾ ਪ੍ਰਧਾਨ ਹੈ। ਵਿਚਾਰਨ ਵਾਲੀਆਂ ਗੱਲਾਂ ਨੇ, ਇਹ ਪੰਥਕ ਜਮਾਤ ਹੈ। ਮੈਂ ਤਾਂ ਇਹ ਸੋਚ ਕੇ ਹੈਰਾਨ ਹਾਂ, ਜਿਹੜੇ ਪੰਥਕ ਪਾਰਟੀ ਕਹਿੰਦੇ ਨੇ ਆਪਦੇ ਆਪ ਨੂੰ, ਉਹ ਪੰਥ ਨੂੰ ਕਿੱਥੇ ਖਿਲਾਰ ਕੇ ਬੈਠੇ ਆ? ਤੁਹਾਡੇ ਸਾਹਮਣੇ ਲਿਆਤਾ ਯਾਰ, ਬਿਲਕੁਲ ਐਂ ਤੋਂ ਵੱਡੇ ਹੋਰ ਕੀ ਸਬੂਤ ਹੋਣਗੇ? ਹੁਣ ਉਹਨਾਂ ਨੇ ਤਾਂ ਦੇਹਧਾਰੀ ਗੁਰੂ ਜਿਹੜਾ ਉਹ ਪ੍ਰਮੋਟ ਕਰ ਰਹੇ ਨੇ। ਫਿਰ ਸ਼੍ਰੋਮਣੀ ਕਮੇਟੀ ਦੀ, ਅਗਲੀ ਸ਼੍ਰੋਮਣੀ ਕਮੇਟੀ ਦੀ ਸੁਣ ਲਓ, ਜਿਹੜੇ ਸ਼੍ਰੋਮਣੀ ਕਮੇਟੀ ਦੇ ਅੱਜ ਪ੍ਰਬੰਧ ਚਲਾ ਰਹੇ, ਇਹਨਾਂ ਨੇ ਫਿਰ ਉਹਨੂੰ ਜਿਹੜਾ ਸੀ ਉਹਨਾਂ ਕੂਕਿਆਂ ਨੂੰ ਕੁਝ ਸਾਲ ਪਹਿਲਾਂ ਉੱਥੇ ਕੈਂਪ ਲਾਉਣ ਵਾਸਤੇ ਜਗ੍ਹਾ ਦਿੱਤੀ, ਜਿੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਿਲਕੁਲ ਸਾਹਮਣੇ, ਜਿੱਥੇ ਪੁਰਾਣਾ ਜੋੜਾ ਘਰ ਹੈ, ਉੱਥੇ ਜਗ੍ਹਾ ਦਿੱਤੀ। ਉੱਥੇ ਉਹਨਾਂ ਨੇ ਆਪਣਾ ਲਿਟਰੇਚਰ ਵੰਡਿਆ, ਅਤੇ ਆਹ ਜਿਹੜੇ ਮੈਂ ਤੁਹਾਨੂੰ ਗੁਟਕੇ ਵਿਖਾਏ ਨੇ, ਇਹ ਗੁਟਕੇ ਉਹਨਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਵੰਡੇ, ਉੱਥੇ ਵੰਡੇ, ਵੀਡੀਓ ਬਣਾਈਆਂ। ਮੈਂ ਕਿਹਾ ਸਾਰੋ ਸਾਹਿਬ, ਉਹਨਾਂ ਨੇ ਆਹ ਕੁਛ ਕੀਤਾ, ਅਤੇ ਜੇ ਕੱਲ੍ਹ ਨੂੰ ਕੋਰਟ 'ਚੋਂ ਕੇਸ ਕਰ ਦੇਣ ਵੀ ਇਹ ਤਾਂ ਅਕਾਲ ਤਖ਼ਤ ਗੁਰਦੁਆਰੇ ਜਿੰਨੇ ਨੇ ਸਾਰੇ ਸਾਡੇ ਨੇ, ਅਤੇ ਸ਼੍ਰੋਮਣੀ ਕਮੇਟੀ ਕਹੇਗੀ ਕਿ ਨਹੀਂ ਜੀ, ਸਾਡੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ। ਉਹ ਜਵਾਬ ਦੇਣਗੇ ਵੀ ਤੁਸੀਂ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਅਤੇ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀਂ ਗੁਰਤਾ ਗੱਦੀ ਦਿੱਤੀ ਆ, ਅਤੇ ਜੇ ਤੁਸੀਂ ਇਹਨੂੰ ਗਲਤ ਮੰਨਦੇ ਹੋ, ਜੇ ਸਹੀ ਨਹੀਂ ਮੰਨਦੇ, ਤਾਂ ਜਿਹੜੀਆਂ ਕਿਤਾਬਾਂ ਲਿਖੀਆਂ ਤੁਸੀਂ ਅੱਜ ਤੱਕ ਕਿਸੇ ਨੇ ਇਤਰਾਜ਼ ਕੀਤਾ? ਮੈਂ ਕਿਤਾਬਾਂ ਤੋਂ, ਮੈਨੂੰ ਇੱਕ ਹੋਰ ਗੱਲ ਯਾਦ ਆਈ ਹੈ, ਸਸਾ ਸਾਹਿਬ, ਅਜੇ ਵੀ ਕਈ ਇਤਿਹਾਸਕਾਰ ਇੱਦਾਂ ਦੇ ਨੇ ਜਿਹੜੇ ਇਸ ਕਿਸਮ ਦੇ, ਮਤਲਬ ਜਿਹੜੇ ਜਥੇਬੰਦੀਆਂ ਬਣੀਆਂ ਹੋਈਆਂ, ਜਿਵੇਂ ਤੁਸੀਂ ਹੁਣੇ ਜਿਨ੍ਹਾਂ ਦੀ ਗੱਲ ਕੀਤੀ ਹੈ, ਉਹਨਾਂ ਨੂੰ ਬੜੇ ਸਹੀ ਦੱਸਦੇ ਨੇ। ਉਹਨਾਂ ਨੂੰ ਕਹਿੰਦੇ ਕਿ ਨਾਮਧਾਰੀ ਜਿਹੜੇ ਸੀਗੇ ਉਹ ਬਹੁਤ ਹੀ ਜ਼ਿਆਦਾ ਸਹੀ ਕਿਸਮ ਦੇ ਲੋਕ ਸੀਗੇ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਸੀ। ਇਹ ਫਿਰ ਇੱਦਾਂ ਦੇ ਲੋਕ ਕਿਉਂ ਵਿਚਰ ਰਹੇ ਨੇ, ਕਿਉਂ ਕਿਤਾਬਾਂ ਛਾਪ ਰਹੇ ਨੇ ਉਹ? ਦੇਖੋ, ਕਿਤਾਬਾਂ ਨਹੀਂ, ਗੁਰਬਾਣੀ ਦੇ ਗੁੜਕੇ ਪਬਲਿਸ਼ ਕਰਤੇ। ਮੈਂ ਹੁਣ ਥੋੜ੍ਹੀ ਗੱਲ ਇੱਥੇ ਕਰ ਲਵਾਂ, ਫਿਰ ਮੈਂ ਅੱਗੇ ਇੱਥੇ ਵੀ ਆਉਣਾ। ਮੈਂ ਕਿਹਾ ਸਾਰੋ ਸਾਹਿਬ, ਫਿਰ ਜਿਹੜਾ ਉਹ ਕੇਸ ਕਰ ਦੇਣ, ਅਤੇ ਉਹ ਜਦੋਂ ਸਾਰੇ ਸਬੂਤ ਹੋਏ ਵੀ ਆਹ ਵੇਖੋ ਸਾਡੀਆਂ ਕਿਤਾਬਾਂ, ਤੁਸੀਂ ਅੱਜ ਤੱਕ ਸਾਡੀ ਕਿਸੇ ਕਿਤਾਬ 'ਤੇ ਇਤਰਾਜ਼ ਨਹੀਂ ਕੀਤਾ,
ਜੇ ਤੁਹਾਨੂੰ ਤਰਾਸੀ ਤੁਸੀਂ ਕਰ ਦਿਓ, ਇਹਦਾ ਮਤਲਬ ਸਹੀ ਹੈ, ਫਿਰ ਇਹਨੂੰ ਵੀ ਉਹ ਕਹਿਣਗੇ ਛੱਡ ਦਿਓ, ਆ ਜਾਓ ਆਪਾਂ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੱਲਦੇ ਹਾਂ। ਉੱਥੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਦਾ, ਕੀ ਤੁਸੀਂ ਕਿਸੇ ਨੇ ਇਤਰਾਜ਼ ਕੀਤਾ? ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਕੀਤਾ ਸੀ, ਉਹ ਗੁਰਮਤਿ ਪ੍ਰਕਾਸ਼ ਮੈਗਜ਼ੀਨ ਆ ਉਹਦੇ ਵਿੱਚ ਵੀ ਪਬਲਿਸ਼ ਉਹ ਲਿਖਿਆ ਮੇਰਾ ਇਤਰਾਜ਼ ਜਿਹੜਾ ਵੀ ਇਹ ਗਲਤ ਕੀਤਾ ਇਹਨਾਂ ਨੇ, ਇੱਥੇ ਇਤਰਾਜ਼ ਹੋਣਾ ਚਾਹੀਦਾ ਇੱਥੇ ਪੁੜਨ। ਇੱਕ ਨੂੰ ਕਹਿਣਗੇ ਵੀ ਉਦੋਂ ਤੁਸੀਂ ਕੋਈ ਇਤਰਾਜ਼ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਨੂੰ ਕਹਿਣਗੇ, ਉਹ ਕਹਿਣ ਲੱਗੇ ਚਲੋ ਇਹਨੂੰ ਵੀ ਛੱਡ ਦਿਓ, ਆ ਜਾਓ ਹੁਣ ਆਪਾਂ ਸ਼੍ਰੋਮਣੀ ਕਮੇਟੀ ਵਾਲੇ ਤੁਹਾਡੇ ਨਾਲ ਗੱਲ ਕਰਦੇ ਹਾਂ। ਜਦੋਂ ਤੁਸੀਂ ਸਾਨੂੰ ਜਗ੍ਹਾ ਦਿੱਤੀ ਉੱਥੇ, ਅਸੀਂ ਆਪਣਾ ਕੈਂਪ ਲਾਇਆ ਉੱਥੇ, ਅਸੀਂ ਉੱਥੇ ਲਿਟਰੇਚਰ ਵੰਡਿਆ, ਆਹ ਗੁਰਬਾਣੀ ਦੇ ਗੁਟਕੇ ਜਿਹੜੇ ਨੇ ਇਹ ਅਸੀਂ ਉੱਥੇ ਫ੍ਰੀ ਵੰਡੇ ਆ, ਆਹ ਵੀਡੀਓ ਨੇ, ਜੇ ਅਸੀਂ ਗਲਤ ਹਾਂ ਤਾਂ ਤੁਸੀਂ ਸਾਨੂੰ ਦਰਬਾਰ ਸਾਹਿਬ 'ਚ ਜਗ੍ਹਾ ਕਿਉਂ ਦਿੱਤੀ? ਅਤੇ ਮੈਂ ਸਰੋਂ ਸਾਹਿਬ ਫਿਰ ਇਹ ਦੱਸੋ ਵੀ ਮੁਕਾ ਕੇਸ ਕਿਹਦੇ ਹੱਕ 'ਚ ਹੋ? ਉਹ ਕਹਿੰਦੇ ਜਿੱਥੇ ਕੋਈ ਸਬੂਤ ਹੀ ਨਹੀਂ ਸੀ ਉੱਥੇ ਮਸੀਦ ਢਹਿ ਕੇ ਮੰਦਰ ਬਣ ਜਾਂਦਾ, ਅਤੇ ਇੱਥੇ ਤਾਂ ਇੰਨੇ ਸਬੂਤ ਨੇ ਅਤੇ ਇੱਥੇ ਫੈਸਲਾ ਫਿਰ ਉਹਨਾਂ ਦੇ ਹੱਕ 'ਚ ਹੋਣਾ ਜਿੰਨੇ ਸਬੂਤ ਦੇਣਗੇ। ਕੌਮ ਕਿੱਥੇ ਆ ਜਿਹੜੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਅਤੇ ਗੁਰੂ ਮੰਨਦੇ ਹੋਏ ਉਹ ਆਪਣੇ ਕਾਰੋਬਾਰ ਚਲਾ ਰਹੇ ਨੇ? ਧਰਮ ਦੀ ਗੱਲ ਕਰਦੇ ਆ, ਮੈਂ ਵਿਰੋਧਤਾ ਨਹੀਂ ਕਰਦਾ, ਪਰ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਆ, ਮੇਰਾ ਇੱਕੋ ਹੀ ਬੇਨਤੀ ਰੂਪ 'ਚ ਸਵਾਲ ਹੈ ਵੀ ਇਹ ਨਾਮਧਾਰੀ ਕੂਕਿਆਂ ਦੇ ਖਿਲਾਫ਼ ਕਿਉਂ ਚੁੱਪ ਨੇ? ਮੇਰੀ ਮੁਰਾਦ ਇਹੀ ਸੀਗੀ ਦਰਅਸਲ ਕਿ ਇਤਿਹਾਸਕਾਰ ਵੀ ਅੱਜ ਜੋ ਕਿਤਾਬਾਂ ਛਾਪ ਰਹੇ ਨੇ ਜੋ ਹਾਲ ਹੀ ਦੇ ਵਿੱਚ ਛਪੀਆਂ ਨੇ ਉਹਨਾਂ ਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਕਿ ਭਾਈ ਨਾਮਧਾਰੀ ਜਿਹੜੇ ਸੀਗੇ ਉਹ ਸਿੱਖਾਂ ਦੇ ਨਾਲ ਰਲ ਕੇ ਕੰਮ ਕਰਦੇ ਸੀ, ਉਹਨਾਂ ਦੇ ਵਿੱਚ ਸਿੱਖਾਂ ਵਾਲੀ ਰੌਂ ਸੀਗੀ, ਉਹੀ ਜਜ਼ਬਾ ਸੀ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਿੱਖ ਪਰਿਵਾਰਾਂ 'ਚੋਂ ਸਨ, ਸਾਡੀਆਂ ਵੀ ਜਿਹੜੀਆਂ ਦੁਨਿਆਵੀ ਰਿਸ਼ਤੇਦਾਰੀਆਂ ਬਹੁਤ ਸਾਰੀਆਂ ਕੂਕਿਆਂ ਨਾਲ ਹੈਗੀਆਂ, ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ। ਇਹ ਤਾਂ ਜਦੋਂ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਆਏ ਆ ਉਦੋਂ ਆਮ ਲੋਕਾਂ ਨੂੰ ਪਤਾ ਲੱਗਾ, ਅਤੇ ਮੈਂ ਵੀ ਉਸ ਤੋਂ ਬਾਅਦ ਹੀ ਇੱਧਰ ਚੱਲਿਆ। ਦੇਖੋ ਮੈਂ ਐਵੇਂ ਤੁਹਾਨੂੰ ਕਹਿ ਦੇਵਾਂ ਵੀ ਪਹਿਲਾਂ ਪਤਾ ਸੀ, ਪਹਿਲਾਂ ਨਹੀਂ, ਉਸ ਤੋਂ ਬਾਅਦ ਹੀ ਇੱਧਰ ਜਿਹੜਾ ਉਹ ਚੱਲੇ ਆ। ਵੀ ਆਹ ਜਿਹੜੇ ਲੋਕ ਨੇ ਨਾ, ਇੱਕ ਵਾਰ ਨਾ ਪੱਤਰਕਾਰ ਆਏ ਸੰਤ ਜਰਨੈਲ ਸਿੰਘ ਕੋਲ, ਜਦੋਂ ਇਹ ਫਿਰੋਜ਼ਪੁਰ ਜੇਲ੍ਹ 'ਚੋਂ ਰਿਹਾਅ ਹੋ ਕੇ ਆਉਂਦੇ ਆ, ਅਤੇ ਪੱਤਰਕਾਰਾਂ ਨੇ ਸਵਾਲ ਕੀਤੇ, ਮੈਂ ਉਦੋਂ ਕੋਲ ਬੈਠਾ ਸੀ। ਪੱਤਰਕਾਰ ਪੁੱਛਦੇ ਆ ਜੀ ਵੀ ਤੁਸੀਂ ਸਿੱਖ ਧਰਮ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ? ਉਹਨਾਂ ਨੇ ਜਵਾਬ ਦਿੱਤਾ ਕਿ ਮਾਨਵਤਾ ਨਾਲ ਪਿਆਰ ਪਾ ਕੇ, ਸਿੱਖੀ ਸਿਧਾਂਤਾਂ ਤੋਂ ਲੋਕਾਂ ਨੂੰ ਜਾਣੂ ਕਰਾ ਕੇ, ਗੁਰੂ ਨਾਨਕ ਪਾਤਸ਼ਾਹ ਦਾ ਜੋ ਫਲਸਫਾ ਹੈ ਉਹ ਲੋਕਾਂ ਤੱਕ ਦੱਸ ਕੇ, ਦਸਾਂ ਗੁਰੂ ਸਾਹਿਬਾਨ ਨੇ ਜੋ ਮਾਨਵਤਾ ਵਾਸਤੇ ਕੀਤਾ ਉਹ ਦੱਸ ਕੇ। ਕਹਿੰਦੇ ਸਿੱਖ ਧਰਮ ਨੂੰ ਖਤਰਾ ਕੀਤੋ ਆ? ਉਹਨਾਂ ਨੇ ਕਿਹਾ ਸਰਕਾਰਾਂ ਅਤੇ ਦੇਹਧਾਰੀ ਗੁਰੂਆਂ ਤੋਂ। ਉਹ ਗੱਲ ਮੇਰੇ ਦਿਮਾਗ 'ਚ ਬੈਠ ਗਈ। ਫਿਰ ਉਸ ਤੋਂ ਬਾਅਦ ਆਸਤੇ ਆਸਤੇ ਫਿਰ ਜਿਹੜਾ ਸੀ ਉਹ ਚੱਲਦਾ ਰਿਹਾ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਤੁਹਾਡੇ ਸਾਹਮਣੇ ਮੈਂ ਲਿਆਤੀਆਂ ਨੇ। ਹੁਣ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਰਾਈ ਨੂੰ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਾਗਜ਼ ਦੱਸਿਆ ਹੈ ਆਪਣੀਆਂ ਕਿਤਾਬਾਂ 'ਚ। ਹੁਣ ਸਾਰਾ ਕੁਛ ਮੈਂ ਲੈਂਦਾ ਤੁਹਾਡੇ ਸਾਹਮਣੇ ਲੈਂਦਾ, ਅਤੇ ਅਜੇ ਵੀ ਕੌਮ ਜਿਹੜੀ ਆ ਉਹ ਚੁੱਪ ਹੈ। ਸੋ ਇਹਨਾਂ 'ਤੇ ਪਰਚੇ ਕਰਾਉਣ ਵਾਸਤੇ ਅਸੀਂ ਆਪਣੀ ਲੜਾਈ ਨੂੰ ਇਹਨੂੰ ਸਾਹਿਤਕ ਪੱਧਰ ਦੇ ਉੱਤੇ ਬੇਅਦਬੀ ਨਹੀਂ ਕਿਹਾ ਜਾ ਸਕਦਾ? ਸਾਹਿਤ ਦੀ ਵਰਤੋਂ ਕਰਕੇ ਪਵਿੱਤਰ ਧਰਮ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ। ਬੇਅਦਬੀ ਹੋਰ ਚੀਜ਼ ਹੈ, ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਖਤਮ ਕਰਕੇ ਤੇ ਦੇਹਧਾਰੀ ਗੁਰੂ ਡੰਮ ਚਲਾਇਆ ਜਾ ਰਿਹਾ, ਬੇਅਦਬੀ ਇੱਕ ਹੋਰ ਚੀਜ਼ ਹੈ। ਇੱਥੇ ਤਾਂ ਸਿੱਖ ਕੌਮ ਨੂੰ ਵੈਸੇ ਖਤਮ ਕਰਕੇ ਦੇਹਧਾਰੀ ਗੁਰੂ ਡੰਮ ਚਲਾਇਆ ਜਾ ਰਿਹਾ। ਔਰ ਹੈਰਾਨੀ ਦੀ ਇਹ ਗੱਲ ਹੈ ਕਿ ਪੰਥਕ ਜਮਾਤ, ਫਿਰ ਮੈਂ ਉਹੀ ਕਹੂੰਗਾ ਕਿ ਚੁੱਪ ਹੈ, ਅੱਜ ਤੱਕ ਕੁਝ ਕੀਤਾ ਨਹੀਂ। ਅੱਜ ਫਿਰ ਤੁਸੀਂ ਗਲਤ ਜੇ,
ਚੁੱਪ ਨਹੀਂ ਗਈ। ਮੈਂ ਤੁਹਾਨੂੰ ਯਾਰ ਸਬੂਤ ਦੇ ਚੁੱਕਾ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕ ਉਹ ਉਹਨਾਂ ਨੂੰ ਉੱਥੇ ਜਗ੍ਹਾ ਦੇ ਰਹੇ ਆ, ਉਹ ਆਪਣਾ ਕੈਂਪ ਲਾ ਰਹੇ ਆ, ਇਹ ਤਾਂ ਆਪ ਕਰ ਰਹੇ ਨੇ ਸਾਰਾ ਕੁਛ, ਆਪ ਹੋ ਰਿਹਾ, ਇਹਦੇ ਪਿੱਛੇ ਬਾਦਲ ਪਰਿਵਾਰ ਹੈ, ਇਹ ਕਹਿਣਾ ਚਾਹੁੰਦੇ ਹੋ? ਬਾਦਲ ਪਰਿਵਾਰ ਨਹੀਂ, ਇਹਦੇ ਪਿੱਛੇ ਆਰ ਐਸ ਤੇ ਬਾਦਲ ਦੇ ਰਾਹੀਂ ਕਰਵਾ ਰਿਹਾ ਸਾਰਾ ਕੁਛ, ਇਹ ਸਾਰੇ ਦਾ ਸਾਰਾ ਜੋ ਕੁਛ ਵੀ ਹੋ ਰਿਹਾ ਹੈ ਇਹ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਤੇ ਸਿੱਖ ਕੌਮ ਸੁੱਤੀ ਹੋਈ ਆ। ਪਰ ਫਿਰ ਸਵਾਲ ਉੱਥੇ ਹੀ ਖੜ ਜਾਂਦਾ ਹੈ ਕਿ ਹੁਣ ਗਾਂ ਕੀ ਕਾਰਵਾਈ ਹੈ ਫਿਰ, ਹੁਣ ਜੇ ਇਸ ਮਾਮਲੇ ਦੇ ਉੱਤੇ ਹੀ ਅਜੇ ਤੱਕ ਤਾਂ ਕੁਛ ਨਹੀਂ ਹੋਇਆ, ਕੋਈ ਪਰਚਾ ਦਰਜ ਨਹੀਂ ਹੋਇਆ, ਕੁਛ ਨਹੀਂ ਹੋਇਆ, ਗਾਂ ਹੁਣ ਕੀ ਹੋਊਗਾ ਫਿਰ? ਦੇਖੋ ਮੈਂ ਅੱਜ ਦਾ ਨਹੀਂ ਲੱਗਿਆ, ਬਿਲਕੁਲ ਠੀਕ ਹੈ, ਲੰਬੇ ਸਮੇਂ ਤੋਂ ਲੱਗਿਆ। ਹੁਣ ਇਸ ਟਾਈਮ ਤੇ ਤੁਸੀਂ ਜਿਹਨਾਂ ਲੋਕਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਸੀ, ਤੁਹਾਨੂੰ ਕਿੰਨੇ ਚਿਰ ਦਾ ਪਤਾ ਲੱਗਿਆ? ਚਲ ਤੁਸੀਂ ਦੱਸੋ, ਅੱਜ ਤੁਸੀਂ ਚੈਨਲ ਚਲਾਉਂਦੇ ਹੋ, ਤੁਹਾਨੂੰ ਪਤਾ 16 ਮਾਰਚ 2013 ਨੂੰ ਡੇ ਐਂਡ ਨਾਈਟ ਤੇ ਉਹ ਹਿੰਦੀ ਬੁੱਕ ਵਾਲੀ ਕਿਤਾਬ ਚੱਲੀ, ਆਹ ਜਿਹੜੀਆਂ ਸਟੋਰੀਆਂ ਨੇ ਇਹ ਵੀ 2018 ਤੋਂ ਲੈ ਕੇ ਚੱਲ ਰਹੀਆਂ ਨੇ ਕੁੱਖਿਆਂ ਦੇ ਖਿਲਾਫ, ਤੇ ਤੁਹਾਨੂੰ ਅੱਜ ਪਤਾ ਲੱਗਾ। ਹੁਣ ਇਸੇ ਤਰ੍ਹਾਂ ਜਿਹਨਾਂ ਨੂੰ ਨਹੀਂ ਪਤਾ ਅਸੀਂ ਕੌਮ ਨੂੰ ਜਾਗਰਤ ਕਰ ਰਹੇ ਹਾਂ, ਸਾਡੀ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਅਸੀਂ ਕੀਤੀ ਹੋਈ ਆ। ਆਹ ਪੈਫਲੇਟ ਜਿਹੜੇ ਨੇ, ਆਹ ਪੈਫਲੇਟ ਤੁਸੀਂ ਵੇਖੋ, ਪੈਫਲੇਟ ਕਿੱਥੇ ਆ? ਪੈਫਲੇਟ ਉਹ ਲਿਆ, ਪੈਫਲੇਟ ਅਸੀਂ ਛਪਾਏ ਨੇ ਜਿਹੜਾ ਲੋਕਾਂ ਨੂੰ ਅਸੀਂ ਵੰਡ ਰਹੇ ਹਾਂ, ਲੋਕਾਂ ਨੂੰ ਜਾਗਰਤ ਕਰ ਰਹੇ ਹਾਂ, ਸਾਨੂੰ ਫੋਨ ਵੀ ਆ ਰਹੇ ਨੇ ਕਿ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਜੇ। ਇਸੇ ਕਰਕੇ ਹੁਣ ਜਿਸ ਤਰ੍ਹਾਂ ਤੁਹਾਡੇ ਜਿਹੜੇ ਚੈਨਲ 'ਤੇ ਤੁਹਾਨੂੰ ਵੇਖਣਗੇ ਅਤੇ ਉਹਨਾਂ ਦੇ ਵੀ ਫੋਨ ਆਉਣਗੇ, ਸੋ ਅਸੀਂ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲਹਿਰ ਬਣਾ ਰਹੇ ਹਾਂ ਕਿ ਇਹ ਜਿਹਨਾਂ ਲੋਕਾਂ ਨੇ ਕਿਤਾਬਾਂ ਚਾਹੇ ਸਕੂਲਾਂ 'ਚ ਲਿਖੀਆਂ ਉਹ ਇਤਿਹਾਸ ਬਚਾਉਣਾ, ਸ਼੍ਰੋਮਣੀ ਕਮੇਟੀ ਦੀ ਮੋਹਰ ਦੇ ਉੱਤੇ ਜਿਹੜੀ ਕਿਤਾਬ ਲਿਖੀ ਜਾਣੀ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ, ਇਹ ਤੋਂ ਵੱਡਾ ਹਮਲਾ ਹੋਰ ਕੀ ਹੋਏਗਾ? ਇਹ ਬੇਅਦਬੀ ਨਹੀਂ ਗੀ ਯਾਰ, ਬੇਅਦਬੀ ਤੋਂ ਅੱਗੇ ਚਲੇਗਾ, ਸਿੱਖ ਧਰਮ ਨੂੰ ਬਿਲਕੁਲ ਨੇਸ ਤੋਂ ਨਮੂਦ। ਮੈਂ ਇੱਥੇ ਫਿਰ ਇੱਕ ਗੱਲ ਹੋਰ ਕਰਨੀ ਚਾਹੁੰਦਾ, ਪਹਿਲਾਂ ਵੀ ਮੈਂ ਕੀਤੀ ਸੀ ਵੀ ਅੱਜ ਜਿਹੜੇ ਇਹ ਪ੍ਰਬੰਧ ਚਲਾ ਜਿਹੜਾ ਬਾਦਲ ਪਰਿਵਾਰ ਹੈ ਨਾ, ਇਹਨਾਂ ਨੇ ਇਹਨਾਂ ਲੋਕਾਂ ਨੇ ਮਹੰਤਾਂ ਅਤੇ ਮੱਸੇ ਰੰਗੜ ਅਤੇ ਮਹੰਤ ਨਰਾਇਣਾਂ ਦੇ ਇਤਿਹਾਸ ਨੂੰ ਮਾਤ ਪਾਤਾ, ਉਹਨਾਂ ਨੇ ਬੜੇ ਮਾੜੇ ਕੁਕਰਮ ਕੀਤੇ ਔਰ ਜੋ ਕੁਛ ਉਹਨਾਂ ਨਾਲ ਹੋਇਆ ਤੁਹਾਡੇ ਸਾਹਮਣੇ। ਮਸੰਦਾਂ ਨੂੰ ਗੁਰੂ ਸਾਹਿਬ ਨੇ ਆਪਣੇ ਹੱਥੀਂ ਸਜਾਵਾਂ ਦਿੱਤੀਆਂ, ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ, ਮਹੰਤਨ ਤੋਂ ਗਬਜੇ ਛਡਾਉਣ ਵਾਸਤੇ ਸਾਡੇ ਵੱਡ ਵਡੇਰਿਆਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਚ ਲਿਆਂਦੀ, ਪਰ ਅੱਜ ਦਾ ਜਿਹੜਾ ਪ੍ਰਬੰਧ ਚਲਾ ਰਹੇ ਲੋਕ ਨੇ ਇਹ ਉਹਨਾਂ ਨਾਲੋਂ ਕਈ ਗੁਣਾ ਵੱਧ ਦੋਸ਼ੀ। ਕਿਹਨਾਂ ਤੋਂ? ਮਸੰਦਾਂ ਤੋਂ, ਮੱਸੇ ਰੰਗੜਾਂ ਤੋਂ, ਮਹੰਤਨ ਨਰਾਇਣਾਂ ਤੋਂ। ਤੁਸੀਂ ਕਹੋਗੇ ਕਿਵੇਂ? ਉਹਨਾਂ ਨੇ ਬੜੇ ਮਾੜੇ ਕੁਕਰਮ ਕੀਤੇ, ਲੇਕਿਨ ਉਹਨਾਂ ਨੇ ਕਿਸੇ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਉਂਗਲ ਨਹੀਂ ਉਠਾਈ। ਬਿਲਕੁਲ ਬਿਲਕੁਲ। ਤੇ ਜਿਹਨਾਂ ਨੇ ਯਾਰ ਇਹ ਕਿਤਾਬਾਂ ਲਿਖ ਦਿੱਤੀਆਂ ਤੇ ਜਿਹਨਾਂ ਨੇ ਆ ਦੇਹਧਾਰੀ ਗੁਰੂਆਂ ਨੂੰ ਮਾਨਤਾ ਦੇ ਦਿੱਤੀ, ਤੇ ਫਿਰ ਉਹਨਾਂ ਤੋਂ ਵੱਧ ਦੋਸ਼ੀ ਹੈਗੇ ਆ ਕਿ ਨਹੀਂ ਹੈਗੇ? ਬਿਲਕੁਲ। ਇਹ ਹੁਣ ਫੈਸਲਾ ਕੌਮ ਕਰੇ। ਬਿਲਕੁਲ। ਹਾਂ, ਤੇ ਅਸੀਂ ਇਹਦੇ ਤੇ ਸੰਬੰਧ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ, ਆਹ ਤੁਸੀਂ ਵੇਖੋ, ਅਸੀਂ ਇਹ ਜਿਹੜਾ ਪੈਫਲੇਟ ਹੈ ਇਹ ਜਿਹੜਾ ਇਹ ਤਿਆਰ ਕੀਤਾ, ਆਹ ਤੁਸੀਂ ਉੱਤੇ ਸਾਡੀ ਹੈਡਿੰਗ ਹੈ, ਆਹ ਤੁਸੀਂ ਵੇਖੋ ਕਿ ਆਹ ਉੱਤੇ ਲਿਖਿਆ ਕਿ ਸਾਡੇ ਗੁਰੂ ਸਾਹਿਬਾਨ ਚੋਰ ਡਾਕੂ ਲਟੇਰੇ ਕਾਤਲ ਵਿਭਚਾਰੀ ਅਤੇ ਆਤਮ ਹੱਤਿਆ ਕਰਨ ਵਾਲੇ ਸਨ, ਫੈਸਲਾ ਸਿੱਖ ਕੌਮ ਦੀ ਕਚਹਿਰੀ 'ਚ। ਦੂਸਰੀਆਂ ਕੌਮਾਂ ਨੂੰ ਗੁਲਾਮੀ ਦੇ ਲੋਹੇ ਰੂਪੀ ਸੰਗਲਾਂ 'ਚੋਂ ਆਜ਼ਾਦ ਕਰਾਉਣ ਵਾਲਾ ਖਾਲਸਾ ਪੰਥ ਅੱਜ ਆਪਣੇ ਆਪ ਨੂੰ ਮੁੰਜ ਦੀਆਂ ਰੱਸੀਆਂ 'ਚੋਂ ਵੀ ਆਜ਼ਾਦ ਕਰਾਉਣ ਦੀ ਹਿੰਮਤ ਨਹੀਂ ਰੱਖਦਾ, ਪਰ ਕੀ ਕਾਰਨ? ਬਿਲਕੁਲ,
ਕਾਰਨ ਕੀ ਹੈ? ਉਹੀ ਉਹ ਹੱਥ ਵਾਲੇ ਲਿਖਿਆ, ਆਹ ਸਾਰੀਆਂ ਕਿਤਾਬਾਂ ਦੀਆਂ ਫੋਟੋ ਦਿੱਤੀਆਂ ਜੀ, ਕਿਤਾਬਾਂ 'ਚ ਕੀ ਲਿਖਿਆ ਹੈ ਇਹ ਸਾਰਾ? ਇਹ ਉਹ ਕਿਤਾਬਾਂ ਦੀਆਂ ਫੋਟੋਜ਼ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਲਿਖਿਆ ਗਿਆ, ਆਹ ਵੇਖੋ ਨਾ, ਆਹ ਜਿਹੜੀ ਆ ਪਲੱਸ ਟੂ ਦੀ ਕਿਤਾਬ ਹੈ ਜੋ ਇਹ 'ਚ ਲਿਖਿਆ ਹੈ, ਆਹ ਉਹ ਕਿਤਾਬ ਹੈ ਜਿਹੜੀ ਹੈਗੀ ਆ ਗੁਰਬਿਲਾਸ ਪਾਤਸ਼ਾਹ ਛੇਵੀਂ, ਠੀਕ ਹੈ ਜੀ, ਗੁਰਬਿਲਾਸ ਪਾਤਸ਼ਾਹ ਛੇਵੀਂ, ਆਹ ਸਿੱਖ ਇਤਿਹਾਸ ਹਿੰਦੀ, ਆਹ ਨਾਮਧਾਰੀ ਨਿਤਨੇਮ ਜਿਹੜਾ ਹੁਣੇ ਤੁਹਾਨੂੰ ਵਿਖਾਇਆ, ਆਹ ਨਾਮਧਾਰੀ ਗੁਰੂ ਜਿਹੜਾ ਹੈ ਇਹ ਜਦੋਂ ਬੈਠਦਾ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਨਾ ਤਾਂ ਛੱਤਰ ਚੰਦੋਵਾ ਹੈ ਨਾ ਚੌਰ ਹੈ, ਇਹਦੇ ਤੇ ਆਹ ਤੁਸੀਂ ਵੇਖੋ ਕਿ ਚੌਰ ਵੀ ਝੁਲ ਰਿਹਾ ਤੇ ਉੱਤੇ ਛੱਤਰ ਵੀ, ਆਹ ਛੱਤਰ ਇਹਦੇ ਉੱਤੇ, ਆਹ ਛੱਤਰ ਹੈ ਆਹ ਚੌਰ ਝੁਲ ਰਿਹਾ, ਇਹ ਸਾਰਾ ਅਸੀਂ ਲਿਖਿਆ। ਅਸੀਂ ਹੁਣ ਇਹੀ ਜਿਹੜਾ ਇਹ ਲੋਕਾਂ ਨੂੰ ਇਹ ਤਾਂ ਪੱਤਰਾਂ ਰਾਹੀਂ ਤੁਹਾਡੇ ਮੀਡੀਆ ਦੇ ਰਾਹੀਂ ਤੇ ਇਸ ਤਰ੍ਹਾਂ ਅਸੀਂ ਘਰ ਘਰ ਪਹੁੰਚ ਕੇ ਅਸੀਂ ਜਿਹੜਾ ਇਹ ਕੰਮ ਕਰ ਰਹੇ। ਬਿਲਕੁਲ, ਇਹੀ ਉਮੀਦ ਕਰਾਂਗੇ ਕਿ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਣ, ਸਰਸਾ ਸਾਹਿਬ ਨੇ ਜੋ ਮੁਹਿੰਮ ਵਿੱਢੀ ਹੈ ਉਹ ਲੋਕਾਂ ਤੱਕ ਪਹੁੰਚ ਸਕੇ, ਇਹ ਮੈਸੇਜ ਪਹੁੰਚ ਸਕੇ। ਅੱਜ ਜੋ ਗੱਲਾਂ ਕੀਤੀਆਂ ਨੇ ਸ਼ਾਇਦ ਤੁਹਾਡੀ ਵੀ ਰੂਹ ਕੰਬਾ ਦੇਵੇਗੀ। ਇਹ ਸਾਰਾ ਕੁਝ ਹੋ ਰਿਹਾ, ਹੁੰਦਾ ਆਇਆ ਆ, ਹੁੰਦਾ ਪਿਆ ਆ ਅਤੇ ਹੁੰਦਾ ਸ਼ਾਇਦ ਰਹੇਗਾ ਜੇ ਤੁਸੀਂ ਨਾ ਜਾਗੇ ਤਾਂ। ਜਾਗਣਾ ਜ਼ਰੂਰੀ ਹੈ, ਸੰਗਤ ਨੂੰ ਪੰਥ ਨੂੰ ਜਾਗਣਾ ਜ਼ਰੂਰੀ ਹੈ, ਔਰ ਇਸ ਕਿਸਮ ਦੀਆਂ ਚੀਜ਼ਾਂ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਾਮਲਾ ਕਿੱਥੇ ਤੱਕ ਜਾਂਦਾ ਆ, ਹਰ ਇੱਕ ਚੀਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਰਸਾ ਸਾਹਿਬ ਦੇ ਨਾਲ ਵੀ ਟੱਚ ਬਣਾ ਕੇ ਰੱਖਾਂਗੇ ਔਰ ਲਗਾਤਾਰ ਇਸ ਮਾਮਲੇ ਦੇ ਉੱਤੇ ਅਪਡੇਟਸ ਲੈਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦਾ ਅਤੇ ਸਮੂਹ ਸਰੋਤੇ ਜਿਨ੍ਹਾਂ ਨੇ ਇਹ ਤੁਹਾਡੇ ਚੈਨਲ ਤੋਂ ਇਹ ਸਟੋਰੀ ਦਾਸਤਾ ਜਿਹੜੀ ਦਰਦ ਭਰੀ ਕਹਾਣੀਆਂ ਸੁਣਨੀਆਂ ਉਹਨਾਂ ਧੰਨਵਾਦ। ਅਤੇ ਇੱਕੋ ਹੀ ਗੱਲ ਬੇਨਤੀ ਹੈ ਕਿ ਭਾਈ ਆਓ ਰਲ ਕੇ ਅਤੇ ਇਕੱਠੇ ਹੋ ਕੇ ਆਪਣੇ ਇਤਿਹਾਸ ਨੂੰ ਬਚਾਓ ਡੰਮੀ ਗੁਰੂਆਂ ਦੇ, ਅਤੇ ਜਿਹੜੇ ਪੰਥਕ ਦੋਖੀ ਜਿਹੜੇ ਪੰਥ ਦਾ ਬੁਰਕਾ ਪਾ ਕੇ ਖਾਸ ਕਰਕੇ ਬਾਦਲ ਚੰਡਾਲ ਚੌਂਕੜੀ, ਬਿਲਕੁਲ ਇਹਨਾਂ ਤੋਂ ਬਚੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।